सरकारां दा किसे दा भी मन नहीं हुंदा भी साडे पंजाब दे विच जां साडे सूबे दे विच किसे शहर दे विच हड़ आउण लोकां दा नुकसान होवे। पर सरकार दी गलतियां इह हुंदियां ने वी जिहड़ियां सरकारां अज तक पंजाब 'च रहियां ने किसे ने भी अज तक रिवर कनाल वास्ते उहनूं पक्का करन दे लई बन्नां नूं पक्का करन दे लई कोई उदम नहीं चुक्किया। एक इहनां दा साइकल वाला MLA आ जिहड़ा कहिंदा मैं साइकल दे विधान सभा जाया करूँगा, अज उह बंदा अपने गलां 'च ट्यूब पा के उहदे पाणी 'च खड़ के सैल्फियां फोटोआं करा रहा। ये इहनां दी देण, अज लोकां दे नाल राजनीति हड़ां दे उपर हो रही है। भारतीय जनता पार्टी दे बहुत सारे लोग, बहुत सारे वर्कर साहबान अज हड़ां दे विच हड़ प्रभावित खेतरां दे विच काम कर रहे हैं। तुसीं किसे दी फोटो नहीं तुहानूं दिखेगी, तुहानूं ऐ नहीं कोई दसूगा कि मैं अज सैल्फी करा ली जां देखो मैं अज मैं इत्थे फाणे पाणी 'च खड़ा अज मैं इहदी हिम्मत कर रहा। रणनीत सिंह बिट्टू जी एड्डी वड्डी वड्डियां गल्लां मारदे उस टाइम भी असीं स्मार्ट सिटी प्रोजेक्ट लिआउंदा मैं फलानी आह चीज़ां करतीआं, तो अज बिट्टू जी पुछो भी जाके थले पुल दे थले खड़े करना जिते पाणी खड़ता है, जिते लोगों दीआं गड्डियां खराब हुंदीआं ने जाके उत्थे खड़न जिते बुढ़ा नाला लीक होया, जिते लोग पाँच पाँच फुट बुढ़े नाले दे विच रात रहण नूं मजबूर ने उत्थे क्यों नहीं जा रहे, जाके उत्थे जाण ते स्मार्ट सिटी बारे दसण वी मेरी आह उपलब्धी है। साडा पार्टी दा सिस्टम कहि जिहा सिस्टम आ ਵੀ ਇੱਥੇ ਕਿਸੇ ਦੀ ਮਨਮਰਜ਼ੀ ਨਹੀਂ ਚੱਲਦੀ, ਇੱਥੇ ਪਾਰਟੀ ਨੇ ਲੋਕਾਂ ਦੇ ਵੈਲਫੇਅਰ ਵਾਸਤੇ ਕੰਮ ਕਰਨਾ ਹੈ, ਇੱਥੇ ਪਾਰਟੀ ਨੇ ਤੁਹਾਨੂੰ ਲਾਭ ਕਿੱਦਾਂ ਹੋ ਸਕਦਾ ਉਹਦੇ ਵਾਸਤੇ ਕੰਮ ਕਰਨਾ ਹੈ, ਸਾਡੇ ਕਾਉਂਸਲਰ ਜਿਹੜੇ ਹੈਗੇ ਉਸ ਵਾਸਤੇ ਕੰਮ ਕਰਨਗੇ ਤਾਂ ਕਿ ਤੁਹਾਨੂੰ ਕਿਸੇ ਤਰੀਕੇ ਦੀ ਪਰੇਸ਼ਾਨੀ ਨਾ ਆਵੇ। ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਦੱਸਦੇ ਹਾਂ ਵੀ ਆਹ ਫਲਾਣੀ ਸਕੀਮ ਮੋਦੀ ਸਾਹਿਬ ਬੁਲਵਾਈ ਹੈ, ਆਹ ਫਲਾਣੀ ਸਕੀਮ ਕੇਂਦਰ ਦੀ, ਇਹਨੂੰ ਅਪਲਾਈ ਕਰੋ, ਅਸੀਂ ਆਪਣੇ ਦਫ਼ਤਰਾਂ 'ਚ ਬੰਦੇ ਰੱਖੇ ਆ, ਸਾਡੇ ਦਫ਼ਤਰਾਂ 'ਚ ਲੋਕ ਆ ਕੇ ਇਸ ਚੀਜ਼ ਨੂੰ ਅਪਲਾਈ ਕਰਦੇ ਆ ਔਰ ਉਹਦਾ ਲਾਭ ਲੈਂਦੇ ਆ। ਇਹ ਅਸੀਂ ਪੂਰਨ ਤੌਰ ਦੇ ਉੱਪਰ ਜੇ ਅਸੀਂ ਚਾਹੁੰਦੇ ਹਾਂ ਵੀ ਜਦ ਤੱਕ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਸਰਕਾਰ ਨਹੀਂ ਬਣਦੀ ਤੁਸੀਂ 100% ਲਾਭ ਨਹੀਂ ਲੈ ਸਕਦੇ, ਤੁਹਾਨੂੰ ਸਰਕਾਰ ਬਣਾਉਣੀ ਪੈਣੀ ਆ, ਮੋਦੀ ਸਰਕਾਰ ਤੁਹਾਨੂੰ ਪੈਸੇ ਦੇਣ ਲਈ ਬੈਠੀ ਆ, ਤੁਹਾਨੂੰ ਲੈਣੇ ਹੋਣੇ ਚਾਹੀਦੇ ਕਿਵੇਂ ਜਾਣੇ। ਬੈਂਸ ਸਾਹਿਬ ਮੇਰੇ ਵੱਡੇ ਭਰਾ ਨੇ, ਪੋਲੀਟਿਕਸ ਆਪਣੀ ਜਗ੍ਹਾ 'ਤੇ ਹੁੰਦੀ ਆ, ਭਾਈਬੰਦੀ ਆਪਣੀ ਜਗ੍ਹਾ 'ਤੇ ਆ, ਉਹਨਾਂ ਨੂੰ ਨਹੀਂ ਲੱਗਦਾ ਹੋਊ ਵੀ ਮੈਂ ਉਹਨਾਂ ਦਾ ਛੋਟਾ ਭਰਾ ਆ, ਪਰ ਮੇਰੇ ਵੱਡੇ ਭਰਾ ਨੇ ਅੱਜ ਵੀ ਉੱਦਾਂ ਹੀ ਸਤਿਕਾਰ ਉਹਨਾਂ ਦਾ। ਸਤਿ ਸ਼੍ਰੀ ਅਕਾਲ ਜੀ, ਲੁਧਿਆਣਾ ਲਾਈਵ ਦੇਖ ਰਹੇ ਹੋ ਤੁਸੀਂ, ਮੈਂ ਹਰਵਿੰਦਰ ਸਿੰਘ ਢਿੱਲੋਂ, ਮੇਰੇ ਨਾਲ ਨੇ ਅੱਜ ਸਨੀ ਕੈਂਟ ਜੀ, ਜਿਹੜੇ BJP ਦੇ ਜਿਹੜੇ ਯੂਥ ਦੇ ਦਿਹਾਤੀ ਦੇ BJP ਦੇ ਜਿਹੜੇ ਪ੍ਰਧਾਨ ਨੇ, ਅਤੇ ਗੱਲਬਾਤ ਅੱਜ ਕਰਾਂਗੇ ਕੁਛ ਜਿਹੜੀ ਪੰਜਾਬ ਦੇ ਵਿੱਚ ਸਿਆਸਤ ਦੇ ਬਾਰੇ, ਕੁਛ ਮੌਜੂਦਾ ਹਾਲਾਤ ਦੇ ਬਾਰੇ, ਅਤੇ ਕੁਛ ਉਹਨਾਂ ਦੀ ਜਿਹੜੇ ਪਹਿਲਾਂ ਜਿਹੜੀ ਪਾਰਟੀ 'ਚੋਂ ਆਏ ਨੇ ਉਹਨਾਂ ਦਾ ਕੀ ਜਿਹੜਾ ਹੁਣ ਤੱਕ ਦਾ ਜਿਹੜਾ ਤਜਰਬਾ ਰਿਹਾ, ਔਰ BJP ਦੇ ਵਿੱਚ ਕਿਉਂ ਆਏ ਸੀ ਉਹ ਆਏ ਨੇ, ਅਤੇ ਉਹ ਸਾਰੀ ਗੱਲਬਾਤ ਕਰਦੇ ਹਾਂ। ਸਨੀ ਜੀ ਸਵਾਗਤ ਹੈ ਤੁਹਾਡਾ ਜੀ। ਬਹੁਤ ਮਿਹਰਬਾਨੀ ਜੀ, ਬਹੁਤ ਢਿੱਲੋਂ ਸਾਹਿਬ। ਵੈਸੇ ਇਹ ਤਾਂ ਚਲੋ ਹੁਣ ਕਾਫੀ ਟਾਈਮ ਹੋ ਗਿਆ ਤੁਹਾਨੂੰ BJP 'ਚ ਆਇਆਂ ਨੂੰ, ਪਰ ਜਿਹੜੇ ਦਰਸ਼ਕ ਅੱਜ ਸਾਨੂੰ ਪਹਿਲੀ ਵਾਰ ਦੇਖ ਰਹੇ ਨੇ, ਜਿਹੜੇ ਉਹਨਾਂ ਦੀ ਜਾਣਕਾਰੀ ਦੇ ਲਈ ਦੱਸੋ ਕਿ ਪਹਿਲਾਂ ਤੁਸੀਂ ਜਿਹੜਾ ਲੋਕ ਇਨਸਾਫ ਪਾਰਟੀ ਤੋਂ BJP ਦੇ ਵਿੱਚ ਆਉਣ ਦਾ ਕਾਰਨ ਕੀ ਰਿਹਾ ਤੁਹਾਨੂੰ? ਦੇਖੋ, ਪਾਰਟੀ ਕੋਈ ਮਾੜੀ ਨਹੀਂ ਹੁੰਦੀ, ਪਾਰਟੀ ਦੇ ਵਿੱਚ ਰਹਿੰਦੇ ਕੁਝ ਬੰਦੇ ਜਿਹੜੇ ਖਰਾਬ ਹੁੰਦੇ, ਜਿਹੜੇ ਪਾਰਟੀ ਨੂੰ ਖਰਾਬ ਕਰਦੇ ਆ। ਸੋ ਉੱਥੇ ਵੀ ਕੁਛ ਆ ਰਿਹਾ ਸਿਸਟਮ ਸੀਗਾ ਜਿਹੜਾ ਵੀ ਨਹੀਂ ਚਾਹੁੰਦੇ ਸੀ ਵੀ ਅਸੀਂ ਉੱਥੇ ਰਹਿ ਕੇ ਇਮਾਨਦਾਰੀ ਨਾਲ ਕੰਮ ਕਰੀਏ, ਬਹੁਤ ਸਾਰੇ ਪ੍ਰੋਬਲਮ ਸੀਗੀਆਂ। ਸੋ ਦੂਜੇ ਪਾਸੇ ਦੇਖਿਆ ਜਾਂਦਾ ਭਾਰਤੀ ਜਨਤਾ ਪਾਰਟੀ ਉਹ ਪਾਰਟੀ ਆ ਜਿਹੜੀ ਪੂਰੇ ਦੇਸ਼ ਦੇ ਵਿੱਚ ਨਹੀਂ ਪੂਰੇ ਵਰਲਡ ਦੇ ਵਿੱਚ ਇੱਕ ਨੰਬਰ ਜਿਹੜੀ ਪਾਰਟੀ, ਸਭ ਤੋਂ ਵੱਡੀ ਲਾਰਜੈਸਟ ਪਾਰਟੀ ਹੈ, ਔਰ ਉਹ ਪਾਰਟੀ ਜਿਹੜੀ ਸਿੱਖਾਂ ਦੇ ਵਾਸਤੇ ਪੰਜਾਬ ਦੇ ਵਿੱਚ ਬਹੁਤ ਕੁਛ ਕਰਨਾ ਚਾਹੁੰਦੀ ਔਰ ਕਰ ਰਹੇ ਆ। ਸਾਡੇ ਗੁਰੂ ਸਾਹਿਬਾਨਾਂ ਦੀ ਸ਼ਹਾਦਤ ਨੂੰ ਲੈ ਕੇ, ਸਾਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਲੈ ਕੇ ਪੂਰੇ ਵਰਲਡ ਦੇ ਵਿੱਚ ਉਹਨਾਂ ਨੂੰ ਦੱਸਣ ਵਾਲੇ ਵੀ ਸਾਡੇ ਸਾਹਿਬਜ਼ਾਦੇ ਕੌਣ ਸੀ, ਸਾਡੇ ਗੁਰੂ ਕੌਣ ਸੀ, ਪੂਰੇ ਵਰਲਡ ਦੇ ਵਿੱਚ ਫਿਲਮਾਂ ਰਾਹੀਂ ਦਿਖਾਇਆ ਗਿਆ, ਬਹੁਤ ਕੁਛ ਕੀਤਾ ਗਿਆ, ਸਾਡੇ ਗੁਰਧਾਮਾਂ ਵਾਸਤੇ ਕਰ ਰਹੇ ਆ। ਅਤੇ ਜੇ ਉਹ ਸਾਡੇ ਵਾਸਤੇ ਕੁਛ ਕਰਨਾ ਚਾਹੁੰਦੇ ਆ, ਅੱਜ ਸਾਨੂੰ 84 ਦਾ ਇਨਸਾਫ ਦੇ ਰਹੇ ਆ, 84 ਦੇ ਜਿਹੜੇ ਲੋਕਾਂ ਨੇ ਦੰਗੇ ਕਰਾਏ ਚੱਕ ਚੱਕ ਕੇ ਅੰਦਰ ਸੁੱਟ ਰਹੇ ਆ, ਅਤੇ ਕਿਉਂ ਨਾ ਅਸੀਂ ਉਹਨਾਂ ਨਾਲ ਰਲ ਕੇ ਕੰਮ ਕਰੀਏ, ਅਤੇ ਜੇ ਸਾਡੀ ਸਿੱਖੀ ਵਾਸਤੇ ਇੰਨਾ ਕੁਛ ਕਰ ਰਹੇ ਤਾਂ ਸਾਨੂੰ, ਮੈਨੂੰ ਚੰਗਾ ਲੱਗਿਆ ਵੀ ਸਾਨੂੰ ਇਹਨਾਂ ਨਾਲ ਜੁੜਨਾ ਚਾਹੀਦਾ। ਔਰ ਮੈਂ ਸਮਝਦਾ ਵੀ ਜੋ ਅੱਜ ਤੱਕ ਮੋਦੀ ਸਾਹਿਬ ਨੇ ਸਿੱਖਾਂ ਲਈ ਕੀਤਾ ਆ ਕਿਸੇ ਵੀ ਸਰਕਾਰ ਨੇ ਨਹੀਂ ਕੀਤਾ। ਠੀਕ ਹੈ, ਚਲੋ ਇਹ ਤਾਂ ਤੁਹਾਡਾ ਕਾਰਨ ਰਿਹਾ ਕਿ ਤੁਸੀਂ ਜਿਹੜੀ ਪਾਰਟੀ ਆ ਉਹ ਜਿਹੜੀ ਬਦਲੀ ਹੈਗੀ ਆ, ਪਰ ਕਿਤੇ ਨਾ ਕਿਤੇ ਤੁਹਾਨੂੰ ਨਹੀਂ ਲੱਗਦਾ ਕਿ ਜਿਹੜੇ ਲੋਕ ਨੇ ਉਹ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਕੇ ਉਹ ਤਰੱਕੀ ਵਾਲੇ ਪਾਸੇ ਨੂੰ ਤਰਜੀਹ ਦਿੰਦੇ ਨੇ, ਉਹ ਨੇਤਾ ਪਸੰਦ ਕਰਦੇ ਨੇ ਜਿਹੜਾ ਕਦੇ ਇਹ ਗੱਲ ਨਾ ਕਰੇ ਸਿੱਖੀ ਦੀ, ਹਿੰਦੂਇਜ਼ਮ ਜਿਹੜਾ ਕ੍ਰਿਸਚਨ ਦੀ, ਈਸਾਈ ਦੀ,
ਆਪਾਂ ਸਾਰੇ ਇਨਸਾਨੀਅਤ ਦੀ ਗੱਲ ਕਰੀਏ ਤਾਂ ਤੁਸੀਂ ਖਾਸ ਤੌਰ 'ਤੇ ਜਿਹੜਾ ਕਾਰਨ ਦੱਸਿਆ ਕਿ ਤੁਸੀਂ ਜਿਹੜਾ ਇਸ ਕਰਕੇ ਆਏ ਹੋ ਕਿ BJP ਜਿਹੜੀ ਹੈ ਸਿੱਖਾਂ ਦੀ ਹਮਦਰਦ ਪਾਰਟੀ ਹੈ। ਦੇਖੋ, ਸਭ ਤੋਂ ਪਹਿਲਾਂ ਧਰਮ ਹੁੰਦਾ, ਜਿਹੜੇ ਧਰਮ 'ਚ ਅਸੀਂ ਜਨਮ ਲਿਆ ਸਾਨੂੰ ਉਹਦਾ ਆਦਰ ਸਤਿਕਾਰ ਕਰਨਾ ਚਾਹੀਦਾ। ਬਾਕੀ ਧਰਮਾਂ ਦਾ ਅਸੀਂ ਵੀ ਆਦਰ ਸਤਿਕਾਰ ਕਰਦੇ ਹਾਂ, ਸਾਰੇ ਧਰਮ ਸਾਡੇ ਲਈ ਬਰਾਬਰ ਨੇ, ਪਰ ਸਾਡੀ ਪਛਾਣ ਕਿਹਦੇ ਨਾਲ ਆ? ਅੱਜ ਮੇਰੀ ਪਛਾਣ ਗਗਨਦੀਪ ਪਿੱਛੇ ਸਿੰਘ ਲੱਗਦਾ, ਮੇਰੀ ਸਿੰਘ ਨਾਲ ਪਛਾਣ ਆ, ਮੇਰੀ ਪਛਾਣ ਮੇਰੀ ਦਸਤਾਰ ਨਾਲ ਪਛਾਣ ਆ। ਕਿਸੇ ਹਿੰਦੂ ਭਰਾ ਦੀ ਜਿਹੜੀ ਪਛਾਣ ਹੋ ਸਕਦੀ ਹੈ, ਉਹ ਉਹਨਾਂ ਦੇ ਆਪਣੇ ਹਿੰਦੂ ਗੁਰੂਆਂ ਦੇ ਹਿਸਾਬ ਨਾਲ ਪਛਾਣ ਹੋ ਸਕਦੀ ਆ, ਉਹਨਾਂ ਦੀ ਰਿਸਪੈਕਟ। ਮੇਰੀ ਵਾਈਫ ਹਿੰਦੂ ਕਮਿਊਨਿਟੀ 'ਚ ਆਉਂਦੀ ਹੈ, ਔਰ ਸਾਡੇ ਘਰ ਦੇ ਵਿੱਚ ਦੋਨੋਂ ਧਰਮਾਂ ਦੀ ਉਹੀ ਬਰਾਬਰ ਸਤਿਕਾਰ ਆ, ਜਿਵੇਂ ਅਸੀਂ ਆਪਣੇ ਧਰਮ ਦਾ ਸਤਿਕਾਰ ਕਰਦੇ ਹਾਂ। ਮੈਂ ਗੁਰਦੁਆਰਾ ਸਾਹਿਬ 'ਚ ਵੀ ਉਦੋਂ ਮੱਥਾ ਟੇਕਦਾ, ਉਦੋਂ ਮੈਂ ਮੰਦਰ 'ਚ ਵੀ ਜਾਂਦਾ। ਸੋ ਤੁਹਾਡੇ ਦਿਲ ਦੇ ਅੰਦਰ ਸਤਿਕਾਰ ਹੋਣਾ ਚਾਹੀਦਾ, ਕਹਿਣ ਨਾਲ ਨਹੀਂ ਕੁਛ ਬਣਦਾ। ਮੈਨੂੰ ਚੰਗਾ ਲੱਗਿਆ ਵੀ ਸਾਡੇ ਸਿੱਖਾਂ ਵਾਸਤੇ ਜੇ BJP ਇੰਨਾ ਕੁਛ ਕਰ ਰਹੀ ਆ, ਮੋਦੀ ਸਾਹਿਬ ਇੰਨਾ ਕੁਛ ਕਰ ਰਹੇ ਆ, ਸਾਡੇ ਅਫਗਾਨਿਸਤਾਨ ਦੇ ਵਿੱਚੋਂ ਸਾਡੇ, ਤੁਸੀਂ, ਤੁਹਾਨੂੰ ਪਤਾ ਵੀ ਗੁਰੂ ਗ੍ਰੰਥ ਸਾਹਿਬ ਉੱਥੇ ਕਿੰਨੇ ਆਦਰ ਸਤਿਕਾਰ ਨਾਲ ਲੈ ਕੇ ਆਏ ਉੱਥੋਂ, ਸਾਡੇ ਸਿੱਖਾਂ ਨੂੰ ਵਾਪਸ ਕੌਣ ਲੈ ਕੇ ਆਇਆ? ਮੋਦੀ ਸਾਹਿਬ ਲੈ ਕੇ ਆਏ। ਅੱਜ 84 ਵਾਲੇ ਜਿਹੜਾ ਨੇ ਦੰਗੇ ਕਰਾਏ ਆ, ਅੱਜ ਉਹ ਜੇਲ੍ਹਾਂ 'ਚ ਕਿਹਨੇ ਭੇਜੇ? ਟਾਈਟਲ ਕੇ ਲੋਕ ਅੱਜ ਜੇਲ੍ਹਾਂ 'ਚ ਕਿੱਦਾਂ ਗਏ? ਮੋਦੀ ਸਰਕਾਰ ਨੇ ਅੱਜ ਤੱਕ, ਪਹਿਲਾਂ ਕਾਂਗਰਸ ਦੀ ਗੌਰਮੈਂਟ ਰਹੀ ਆ ਇੰਨੇ ਸਾਲ, ਕਿਹਨੇ ਅੱਜ ਤੱਕ ਇਹਨਾਂ ਨੂੰ ਹੱਥ ਲਾਇਆ ਸੀ? ਕਿਹਨੇ ਅੱਜ ਤੱਕ ਇਹਨਾਂ ਦੇ ਗਲੇ ਤੱਕ ਹੱਥ ਪਹੁੰਚਾਇਆ ਸੀ? ਇਹ ਮੋਦੀ ਨੇ ਔਰ ਭਾਰਤੀ ਜਨਤਾ ਪਾਰਟੀ ਨੇ ਉਦਮ ਕੀਤਾ, ਦਮ ਦਿਖਾਇਆ ਵੀ ਅਸੀਂ ਇਹਨਾਂ ਨਾਲ ਖੜ੍ਹੇ ਹਾਂ, ਔਰ ਜਿਹੜੇ ਲੋਕਾਂ ਨੇ ਸਾਡੇ ਨਾਲ ਇੰਨਾ ਤਸ਼ੱਦਦ ਕੀਤਾ ਅਤੇ ਅੱਜ ਉਹਨਾਂ ਨੇ ਅੰਦਰ ਕੀਤਾ, ਤਾਂ ਸਾਡਾ ਵੀ ਫਰਜ਼ ਬਣਦਾ ਕੁਛ ਸਿੱਖਾਂ ਦਾ ਵੀ ਅਸੀਂ ਉਹਨਾਂ ਨਾਲ ਖੜੀਏ। ਔਰ ਜਿਹੜਾ ਇੱਕ ਮਿਥ ਸਰਕਾਰ ਦੇ ਖਿਲਾਫ, BJP ਦੇ ਖਿਲਾਫ ਚਲਾਇਆ ਜਾਂਦਾ ਵੀ ਇਹ ਇੱਕ ਸਮਾਜ ਦੀ ਪਾਰਟੀ ਹੈ, ਇੱਦਾਂ ਦੀ ਕੋਈ ਗੱਲ ਨਹੀਂ ਹੈ। ਅੱਜ ਵੱਡੇ ਪੱਧਰ ਦੇ ਉੱਪਰ BJP ਨੂੰ ਅਕਸਰ ਕਿਹਾ ਜਾਂਦਾ, ਇਹਦੇ ਇੱਕੋ ਜਿਹੜਾ ਮੇਨ ਸਭ ਤੋਂ ਪਹਿਲਾਂ ਜਿਹੜਾ ਇਲਜ਼ਾਮ ਲੱਗਦਾ BJP ਦੇ ਉੱਪਰ, ਉਹ ਕਿਹਾ ਜਾਂਦਾ ਕਿ ਧਰਮ ਦੀ ਰਾਜਨੀਤੀ ਕਰਦੀ ਹੈ BJP ਪਾਰਟੀ। ਮੈਂ RSS ਸੰਘ ਦੀ ਵੀ ਅਗਰ ਗੱਲ ਕਰਾਂ ਤਾਂ ਉਹਦੇ ਬਾਰੇ ਤੁਸੀਂ ਕੀ ਕਹੋ? ਦੇਖੋ, ਮੈਂ ਸੰਘ ਬਾਰੇ ਤੁਹਾਨੂੰ ਗੱਲ ਕਰ ਦੱਸਣਾ ਚਾਹੁੰਦਾ। ਜਿਹੜੇ ਲੋਕ ਸੋਚਦੇ ਵੀ ਸੰਘ ਇੱਕ ਧਰਮ ਦੀ ਗੱਲ ਕਰਦੀ ਹੈ ਜਾਂ ਦੂਜੇ ਪਾਰਟੀ ਦੂਜੇ ਧਰਮਾਂ ਦੇ ਖਿਲਾਫ ਆ, ਉਹ ਬਹੁਤ ਵੱਡੇ ਭੁਲੇਖੇ ਦੇ ਵਿੱਚ ਨੇ। ਤੁਸੀਂ ਕਿਸੇ ਵੀ ਸੰਘ ਦੇ ਕਿਸੇ ਬੰਦੇ ਨੂੰ ਮਿਲੂੰਗੇ, ਉਹਨਾਂ ਨੂੰ ਆਪਣੇ ਤੋਂ ਜ਼ਿਆਦਾ, ਮੈਂ ਸਮਝਦਾ ਮੈਂ ਜੇ ਸਿੱਖ ਹਾਂ, ਮੇਰੇ ਤੋਂ ਜ਼ਿਆਦਾ ਉਹਨੂੰ ਸਾਡੇ ਗੁਰੂਆਂ ਬਾਰੇ, ਸਾਡੇ ਗ੍ਰੰਥ ਸਾਹਿਬ ਬਾਰੇ ਉਹਨਾਂ ਨੂੰ ਨੌਲੇਜ ਆ। ਜਿੰਨਾ ਅਸੀਂ ਨਹੀਂ ਪੜ੍ਹਦੇ, ਉਨਾ ਪੜ੍ਹਦੇ ਆ, ਸਾਡਾ ਸਤਿਕਾਰ ਕਰਦੇ ਆ। ਔਰ ਇੱਕ ਇਹ ਉਹਨਾਂ ਦੇ ਖਿਲਾਫ ਇੱਕ, ਸਮਝਦਾ ਮੈਂ ਵੀ, ਦੂਜੀ ਪਾਰਟੀਆਂ ਵੱਲੋਂ ਇੱਕ ਸ਼ੋਸ਼ਾ ਛੱਡਿਆ ਜਾਂਦਾ, ਲੋਕਾਂ ਦੇ ਮਨਾਂ 'ਚ ਭਰਮ ਬਣਾਇਆ ਜਾਂਦਾ ਵੀ ਸੰਘ ਸਿੱਖਾਂ ਦੇ ਖਿਲਾਫ ਆ, ਸੰਘ ਮੁਸਲਮਾਨਾਂ ਦੇ ਖਿਲਾਫ ਆ, ਸੰਘ ਇਸਾਈ ਧਰਮ ਦੇ ਖਿਲਾਫ ਆ, ਸੰਘ ਕਿਸੇ ਦੇ ਖਿਲਾਫ ਨਹੀਂ ਆ। ਸੰਘ ਚਾਹੁੰਦੇ ਵੀ ਸਾਰੇ ਧਰਮ ਏਕੇ 'ਚ ਰਹਿਣ, ਇਕੱਠੇ ਹੋ ਕੇ ਚੱਲਣ, ਔਰ ਸਮਾਜ ਦੇ ਵਿੱਚ ਸਭ ਨੂੰ ਬਰਾਬਰਤਾ ਦਾ ਹੱਕ ਹੋਣਾ ਚਾਹੀਦਾ, ਸੰਘ ਦਾ ਇਹ ਏਜੰਡਾ ਆ। ਔਰ ਜਿੰਨਾ ਕੁ ਮੈਂ ਜਾਣਦਾ ਸੰਘ ਨੂੰ, ਮੈਂ ਬਹੁਤ ਸਾਰੇ ਮੇਰੇ ਵੀ ਦੋਸਤ ਨੇ ਸੰਘ ਦੇ ਵਿੱਚ, ਮੈਂ ਉਹਨਾਂ ਦੇ ਮਨ 'ਚ ਜਿੰਨਾ ਸਤਿਕਾਰ ਉਹ ਸਿੱਖੀ ਨੂੰ ਦਿੰਦੇ ਆ, ਮੈਂ ਸਮਝਦਾ ਮੈਂ ਨਹੀਂ ਅੱਜ ਤੱਕ ਦੇਖਿਆ ਕਿਸੇ ਹੋਰ ਬੰਦੇ ਨੇ ਦਿੱਤਾ ਹੋਵੇ। ਠੀਕ ਹੈ ਜੀ, ਚਲੋ, ਇਹ ਤਾਂ ਇਹਦੇ ਵਿਸ਼ੇ ਦੇ ਉੱਪਰ ਵੀ ਆਪਾਂ, ਮੈਂ ਚਾਹੂੰਗਾ ਕਿ ਅਸੀਂ ਕਿਸੇ ਦਿਨ ਵਿਸਥਾਰ ਦੇ ਨਾਲ ਤੁਹਾਡੇ ਨਾਲ ਜ਼ਰੂਰ ਡਿਬੇਟ ਕਰਾਂਗੇ ਇਸ ਮੁੱਦੇ ਨੂੰ ਲੈ ਕੇ ਵੀ। ਅੱਜ ਆਪਾਂ ਗੱਲ ਕਰੀਏ ਪੰਜਾਬ ਦੀ ਜੋ ਮੌਜੂਦਾ ਜੋ ਸਿਆਸਤ ਆ, ਜੋ ਮੌਜੂਦਾ ਹਾਲਾਤ ਨੇ ਪੰਜਾਬ ਦੇ, ਜੋ ਕੁਛ ਹੋਇਆ, ਹੜ੍ਹਾਂ ਦੀ ਮੈਂ ਗੱਲ ਕਰਨ ਜਾ ਰਿਹਾ, ਕੀ ਮੰਨਦੇ ਹੋ ਕੁਦਰਤੀ ਤੌਰ 'ਤੇ ਹੋਇਆ ਜਾਂ ਸਰਕਾਰਾਂ ਦੀ ਵੀ ਲਾਪਰਵਾਹੀ ਇਹਦੇ ਵਿੱਚ ਸੀਗੀ? ਹੜ੍ਹਾਂ ਦੇ ਵਿੱਚ ਸਭ ਤੋਂ ਵੱਡਾ, ਜੇ ਦੇਖੋ, ਸਰਕਾਰਾਂ ਦਾ ਕਿਸੇ ਦਾ ਵੀ ਮਨ ਨਹੀਂ ਹੁੰਦਾ ਵੀ ਸਾਡੇ ਪੰਜਾਬ ਦੇ ਵਿੱਚ ਜਾਂ ਸਾਡੇ ਸੂਬੇ ਦੇ ਵਿੱਚ ਕਿਸੇ ਸ਼ਹਿਰ ਦੇ ਵਿੱਚ ਹੜ੍ਹ ਆਉਣ, ਲੋਕਾਂ ਦਾ ਨੁਕਸਾਨ ਹੋਵੇ। ਪਰ ਸਰਕਾਰ ਦੀ ਗਲਤੀਆਂ ਇਹ ਹੁੰਦੀਆਂ ਨੇ ਵੀ ਜਿਹੜੀਆਂ ਸਰਕਾਰਾਂ ਅੱਜ ਤੱਕ ਪੰਜਾਬ 'ਚ ਰਹੀਆਂ ਨੇ, ਕਿਸੇ ਨੇ ਵੀ ਅੱਜ ਤੱਕ ਰਿਵਰ ਕਨਾਲਸ ਵਾਸਤੇ, ਉਹਨੂੰ ਪੱਕਾ ਕਰਨ ਦੇ ਲਈ, ਬੰਨਾਂ ਨੂੰ ਪੱਕਾ ਕਰਨ ਦੇ ਲਈ ਕੋਈ ਉਦਮ ਨਹੀਂ ਚੱਕਿਆ। ਜਦੋਂ ਮੌਨਸੂਨ ਆਉਣਾ, ਸਭ ਨੂੰ ਪਤਾ ਵੀ ਮੌਨਸੂਨ ਆਉਣਾ ਅਤੇ ਹੜ੍ਹ ਆਉਣ ਦੀ ਸੰਭਾਵਨਾ ਹੁੰਦੀ ਹੈ ਕਦੇ ਕਦੇ ਕਿਸੇ ਕਿਸੇ। ਅੱਜ 13 ਸਾਲਾਂ ਬਾਅਦ ਇਹ ਪੋਜੀਸ਼ਨ ਪੰਜਾਬ ਦੇ ਵਿੱਚ ਆਈ ਹੈ ਵੀ ਇੱਥੇ ਹੜ੍ਹ ਆਏ ਨੇ, ਇੰਨੇ ਵੱਡੇ ਪੱਧਰ 'ਤੇ ਹੜ੍ਹ ਆਏ ਆ। ਔਰ ਸਰਕਾਰਾਂ ਦੀ ਗਲਤੀ ਇਹ ਕੀ ਆ, ਤੁਸੀਂ ਕੇਂਦਰ ਸਰਕਾਰ ਤੋਂ ਵੱਡੇ ਪੱਧਰ 'ਤੇ ਤੁਸੀਂ ਪੈਸੇ ਲੈਂਦੇ ਹੋ, ਕੇਂਦਰ ਸਰਕਾਰ ਤੁਹਾਨੂੰ ਇਸ ਚੀਜ਼ ਦੇ ਪੈਸੇ ਦੇ ਰਹੀ ਆ ਵੀ ਤੁਸੀਂ ਆਪਣੇ ਬੰਨਾਂ ਨੂੰ ਪੱਕਾ ਕਰੋ, ਬੰਨਾਂ ਨੂੰ ਪੂਰੋ, ਤਾਂ ਕਿ ਕੱਲ੍ਹ ਨੂੰ ਜਦੋਂ ਹੜ੍ਹ ਵਾਲੀ ਸਥਿਤੀ ਬਣਦੀ ਆ ਤਾਂ ਤੁਸੀਂ ਉਸ ਸਿਚੁਏਸ਼ਨ ਨੂੰ ਟੈਕਲ ਕਰ ਸਕੋ। ਅੱਜ ਕੀ ਹੋ ਰਿਹਾ, ਚਾਹੇ ਉਹ ਪਿੱਛੇ ਕੋਈ ਵੀ ਸਰਕਾਰ ਰਹੀ ਆ, ਕਾਂਗਰਸ ਦੀ ਰਹੀ ਆ ਪਹਿਲਾਂ, BJP ਦੀ ਰਹੀ ਆ ਹੁਣ, ਝਾੜੂ ਵਾਲੇ ਆ, ਕਿਸੇ ਨੇ ਵੀ ਇਹਦੇ ਉੱਪਰ ਕੰਮ ਨਹੀਂ ਕੀਤਾ। ਜੇ ਕੰਮ ਕੀਤਾ ਹੁੰਦਾ ਤਾਂ ਅੱਜ ਆਹ ਹਾਲਾਤ ਨਾ ਬਣਦੇ। ਅੱਜ ਤੁਸੀਂ ਦੇਖੋ ਵੀ ਕੇਂਦਰ ਸਰਕਾਰ ਨੇ ਐਡੀ ਵੱਡੀ ਮਦਦ ਭੇਜੀ ਆ, 219 ਕਰੋੜ ਰੁਪਇਆ ਕੇਂਦਰ ਸਰਕਾਰ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਵਾਸਤੇ, ਔਰ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਜਿਹਨਾਂ ਨੁਕਸਾਨ ਹੋਇਆ ਉਹਨਾਂ ਦੀ ਪੂਰਤੀ ਵਾਸਤੇ ਭੇਜੇ ਆ। ਅਤੇ ਭਗਵੰਤ ਮਾਨ ਸਾਹਿਬ ਕਹਿੰਦੇ ਅਸੀਂ ਲੈਣਾ ਨਹੀਂ, ਸਾਨੂੰ ਲੋੜ ਨਹੀਂ।
ਤੇ ਉਹੀ ਭਗਵੰਤ ਮਾਨ ਸਾਹਿਬ ਆ ਜਿਹੜੇ ਜਾ ਜਾ ਕੇ ਉੱਥੇ ਕੇਂਦਰ ਸਰਕਾਰ ਮੋਦੀ ਜੀ ਕੋਲ ਜਾ ਕੇ ਰੌਲਾ ਪਾਉਂਦੇ ਆ ਵੀ ਸਾਨੂੰ ਕਰਜ਼ਾ ਦੇ ਦਿਓ, ਸਾਨੂੰ ਅੱਜ 30,000 ਕਰੋੜ ਦੀ ਲੋੜ ਆ, ਅੱਜ ਸਾਨੂੰ 1,000 ਕਰੋੜ ਦੀ ਲੋੜ ਆ, ਫਿਰ ਉਸ ਟਾਈਮ ਕਿਉਂ ਤੁਸੀਂ ਜਾਂਦੇ ਹੋ ਵੀ ਜੇ ਇਹ ਤੁਸੀਂ ਵੱਡੀ ਗੱਲ ਕਹਿ ਰਹੇ ਹੋ। ਇੱਕ ਪਾਸਿਓ ਪੈਸਾ ਕੇਂਦਰ ਸਰਕਾਰ ਦੇਣਾ ਚਾਹੁੰਦੀ ਆ ਔਰ ਮੁੱਖ ਮੰਤਰੀ ਪੰਜਾਬ ਜਿਹੜਾ ਲੈਣਾ ਨਹੀਂ ਚਾਹੁੰਦੇ, ਇਹੀ ਕਹਿ ਰਹੇ ਹੋ ਤੁਸੀਂ? ਕੇਂਦਰ ਸਰਕਾਰ ਆਲਰੇਡੀ ਇਹਨਾਂ ਨੂੰ ਦੇ ਚੁੱਕੀ ਹੈ, ਇਹਨਾਂ ਦੇ ਖਾਤੇ 'ਚ ਪੈਸੇ ਆ ਚੁੱਕੇ ਆ। ਇਹ ਕਹਿੰਦੇ ਅਸੀਂ ਰਾਜਨੀਤੀ ਹੈ ਜਿਹੜੀ, ਹੁਣ ਹੜ੍ਹਾਂ ਦੇ ਉੱਪਰ ਭਗਵੰਤ ਮਾਨ ਸਾਹਿਬ ਰਾਜਨੀਤੀ ਕਰਨਾ ਚਾਹੁੰਦੇ ਆ ਵੀ ਅਸੀਂ ਕੇਂਦਰ ਤੋਂ ਪੈਸਾ ਨਹੀਂ ਲੈਣਾ। ਦੂਜੇ ਪਾਸੇ ਹੜ੍ਹਾਂ ਤੋਂ ਪਹਿਲਾਂ 1 ਮਹੀਨੇ ਪਹਿਲਾਂ ਉਹੀ ਭਗਵੰਤ ਮਾਨ ਸਾਹਿਬ ਦਿੱਲੀ ਜਾ ਕੇ ਮੋਦੀ ਜੀ ਕੋਲ ਬਹਿ ਕੇ ਹੱਥ ਜੋੜ ਕੇ ਕਹਿੰਦੇ ਸਾਨੂੰ 30,000 ਕਰੋੜ ਦਾ ਕਰਜ਼ਾ ਦੇ ਦਿਓ, ਸਾਨੂੰ ਪੈਸੇ ਦੀ ਲੋੜ ਆ। ਅਤੇ ਅੱਜ 219 ਕਰੋੜ ਜੇ ਭੇਜਿਆ ਉਹਨਾਂ ਨੇ ਲੋਕਾਂ ਵਾਸਤੇ, ਅਤੇ ਕਹਿੰਦੇ ਅਸੀਂ ਲੈਣਾ ਨਹੀਂ, ਸਾਨੂੰ ਲੋੜ ਨਹੀਂ। ਸੋ ਇਹ ਰਾਜਨੀਤੀ ਲੋਕਾਂ ਦਾ ਬੇਵਕੂਫ ਬਣਾਉਣ ਲਈ ਕਰਦੇ ਆ, ਲੋਕ ਸਮਝ ਚੁੱਕੇ ਆ ਇਸ ਗੱਲਾਂ ਨੂੰ। ਮੈਂ ਬੇਨਤੀ ਇਹਨਾਂ ਨੂੰ ਹੱਥ ਜੋੜ ਕੇ ਕਰਨਾ ਚਾਹੁੰਦਾ ਵੀ ਹੜ੍ਹਾਂ ਦੇ ਉੱਪਰ ਰਾਜਨੀਤੀ ਨਾ ਕਰੋ। ਤੁਹਾਡੇ MLA ਤੁਹਾਡੇ ਮੰਤਰੀ ਸਾਹਿਬਾਨ ਲੋਕਾਂ ਦੇ ਪਿੰਡਾਂ ਦੇ ਵਿੱਚ ਜਾ ਕੇ ਹੜ੍ਹਾਂ ਦੇ ਵਿੱਚ ਜਾ ਕੇ ਫੋਟੋਆਂ ਕਰਾ ਰਹੇ ਆ, ਸੈਲਫੀ ਸੈਸ਼ਨ ਕਰ ਰਹੇ ਆ। ਇੱਕ ਇਹਨਾਂ ਦਾ ਸਾਈਕਲ ਵਾਲਾ MLA ਆ ਜਿਹੜਾ ਕਹਿੰਦਾ ਮੈਂ ਸਾਈਕਲ ਦੇ ਵਿਧਾਨ ਸਭਾ ਜਾਇਆ ਕਰੂੰਗਾ। ਅੱਜ ਉਹ ਬੰਦਾ ਆਪਣੇ ਗਲਾਂ 'ਚ ਟਿਊਬ ਪਾ ਕੇ ਉਹਦੇ ਪਾਣੀ 'ਚ ਖੜ੍ਹ ਕੇ ਸੈਲਫੀਆਂ ਫੋਟੋਆਂ ਕਰਾ ਰਹੇ ਆ। ਇਹ ਇਹਨਾਂ ਦੀ ਦੇਣ। ਅੱਜ ਲੋਕਾਂ ਦੇ ਨਾਲ ਰਾਜਨੀਤੀ ਹੜ੍ਹਾਂ ਦੇ ਉੱਪਰ ਹੋ ਰਹੀ ਆ। ਭਾਰਤੀ ਜਨਤਾ ਪਾਰਟੀ ਦੇ ਬਹੁਤ ਸਾਰੇ ਲੋਕ, ਬਹੁਤ ਸਾਰੇ ਵਰਕਰ ਸਾਹਿਬਾਨ ਅੱਜ ਹੜ੍ਹਾਂ ਦੇ ਵਿੱਚ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਕੰਮ ਕਰ ਰਹੇ ਆ। ਤੁਸੀਂ ਕਿਸੇ ਦੀ ਫੋਟੋ ਨਹੀਂ ਤੁਹਾਨੂੰ ਦੇਖੂਗੀ, ਤੁਹਾਨੂੰ ਐਂ ਨਹੀਂ ਕੋਈ ਦੱਸੂਗਾ ਵੀ ਮੈਂ ਅੱਜ ਸੈਲਫੀ ਕਰਾ ਲਈ ਜਾਂ ਦੇਖੋ ਮੈਂ ਅੱਜ ਮੈਂ ਇੱਥੇ ਪੁਰਾਣੇ ਪਾਣੀ 'ਚ ਖੜ੍ਹਾਂ, ਅੱਜ ਮੈਂ ਇਹਦੀ ਮਦਦ ਕਰ ਰਿਹਾ। ਗਰਾਊਂਡ 'ਚ ਕੰਮ ਹੋ ਰਿਹਾ। ਜੈਇੰਦਰ ਕੌਰ ਜੀ ਸਾਡੇ ਮਹਾਰਾਣੀ ਪਰਨੀਤ ਕੌਰ ਜੀ ਦੇ ਬੇਟੇ ਜਿਹੜੇ ਕੈਪਟਨ ਅਮਰਿੰਦਰ ਸਿੰਘ ਜੀ ਦੇ, ਉਹ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਕਿਵੇਂ ਤੁਸੀਂ ਦੇਖਿਆ ਉਹਨਾਂ ਦੇ ਜਿਹੜੇ ਮੰਤਰੀ ਜੋੜਾ ਮਾਜਰਾ ਜੀ ਕਿਸ ਤਰੀਕੇ ਨਾਲ ਉਹਨਾਂ ਨੇ ਬਦਤਮੀਜ਼ੀ ਨਾਲ ਗੱਲ ਕੀਤੀ ਆ। ਅਤੇ ਜੇ ਉਹ ਮਦਦ ਕਰਨਾ ਚਾਹੁੰਦੇ ਸੀ, ਇਹ ਕਹਿੰਦੇ ਜੋ ਕਰਨਾ ਅਸੀਂ ਕਰਾਂਗੇ, ਸਾਡੇ ਥਰੂ ਤੁਸੀਂ ਕਰੋ। ਅਸੀਂ ਉਹਨਾਂ ਨੂੰ ਬੇਨਤੀ ਕਰਦੇ ਚਾਹੇ ਤੁਸੀਂ ਕਰ ਲਿਓ, ਪਰ ਹੜ੍ਹਾਂ ਦੇ ਉੱਪਰ ਰਾਜਨੀਤੀ ਨਾ ਕਰੋ। ਬੇਨਤੀ ਕਰਕੇ ਸੈਲਫੀ ਸੈਸ਼ਨ ਬੰਦ ਕਰੋ, ਜਾ ਕੇ ਲੋਕਾਂ ਦੇ ਵਿੱਚ ਜਾ ਕੇ ਉਹਨਾਂ ਦੀ ਮਦਦ ਕਰੋ। ਹੜ੍ਹਾਂ ਦੇ ਵਿੱਚ ਗੱਲ ਜਿਹੜੀ ਹੈ ਕਿਸਾਨੀ ਦੀ ਜਿਹੜੀ ਕਰਨੀ ਜ਼ਰੂਰੀ ਬਣਦੀ ਹੈ, ਕਿਉਂਕਿ ਫਸਲਾਂ ਜਿਹੜੀਆਂ ਬਹੁਤ ਜ਼ਿਆਦਾ ਤਬਾਹ ਹੋ ਗਈਆਂ। ਮੈਨੂੰ ਯਾਦ ਆ ਕਿ ਤੁਸੀਂ ਵੀ ਜਦੋਂ ਦਿੱਲੀ ਧਰਨੇ ਲੱਗਦੇ ਸੀ ਕਿਸਾਨਾਂ ਦੇ, ਤਾਂ ਉਦੋਂ ਪਹਿਲੀ ਪਾਰਟੀ ਦੇ ਵਿੱਚ ਸੀਗੇ ਤੁਸੀਂ, ਲੋਕ ਕਿਸਾਨ ਪਾਰਟੀ 'ਚ। ਤੁਹਾਡੇ ਵੱਲੋਂ ਵੀ ਜਿਹੜਾ ਉੱਥੇ ਬਹੁਤ ਮੋਰਚੇ ਲਗਾਏ ਗਏ ਆ। ਹੁਣ ਤੁਸੀਂ BJP ਦੇ ਵਿੱਚ ਆ ਗਏ ਹੋ, ਕੇਂਦਰ ਦੇ ਵਿੱਚ ਸਰਕਾਰ ਆ ਤੁਹਾਡੀ, ਅਤੇ 600-700 ਕਿਸਾਨਾਂ ਦੀਆਂ ਜਾਨਾਂ ਵੀ ਗਈਆਂ ਸੀ, ਹੁਣ ਫਸਲਾਂ ਵੀ ਤਬਾਹ ਹੋਈਆਂ ਨੇ। ਜਾਖੜ ਸਾਹਿਬ ਵੀ ਜਿਹੜੇ ਪੰਜਾਬ ਪ੍ਰਧਾਨ ਹੁਣ ਆ ਗਏ ਆ, ਉਹਨਾਂ ਵੱਲੋਂ ਜਾਂ ਤੁਹਾਡੇ ਵੱਲੋਂ ਜਾਂ ਸਾਰੀ BJP ਵੱਲੋਂ ਪੰਜਾਬ ਦੇ ਲਈ ਕੀ ਉੱਦਮ ਕੀਤਾ ਜਾਊਗਾ? ਹੁਣ ਜਾਖੜ ਸਾਹਿਬ ਕੈਪਟਨ ਸਾਹਿਬ, ਸਭ ਨੂੰ ਪਤਾ ਵੀ ਹਰ ਬੰਦੇ ਨੇ, ਚਾਹੇ ਜਾਖੜ ਸਾਹਿਬ ਦੀ, ਚਾਹੇ ਕੈਪਟਨ ਸਾਹਿਬ, ਚਾਹੇ ਅਸੀਂ ਸੀਗੇ, ਕੋਈ ਵੀ ਸੀਗਾ, ਹਰ ਬੰਦੇ ਨੇ ਉਸ ਟਾਈਮ ਜਦੋਂ ਉੱਥੇ ਧਰਨਾ ਲੱਗਿਆ, ਹਰ ਬੰਦੇ ਨੇ ਜਾ ਕੇ ਉਹਨਾਂ ਦੇ ਨਾਲ ਸਾਥ ਦਿੱਤਾ ਹੈ। ਔਰ ਦੇਸ਼ ਦੇ ਵਿੱਚ ਆਪਣੇ ਪਹਿਲੀ ਵਾਰ ਹੋਇਆ ਕਿਸੇ ਪ੍ਰਧਾਨ ਮੰਤਰੀ ਨੇ ਮਾਫ਼ੀ ਮੰਗ ਕੇ ਕਾਨੂੰਨ ਵਾਪਸ ਲਏ। ਹੁਣ ਮੈਂ ਫਿਰ ਪਹਿਲੀ ਗੱਲ 'ਤੇ ਆ ਜਾਂਦਾ, ਕਾਨੂੰਨ ਵਾਪਸ ਹੋ ਗਏ, ਕਿਉਂਕਿ ਸਭ ਕੁਝ ਵਾਪਸ ਹੋ ਚੁੱਕਿਆ। ਮੈਂ ਪਹਿਲੀ ਗੱਲ 'ਤੇ ਇਸ ਕਰਕੇ ਆ ਰਿਹਾ, ਤੁਸੀਂ ਅੱਜ ਤੱਕ 84 ਹੋਈ ਸਾਡੇ ਦਰਬਾਰ ਸਾਹਿਬ 'ਤੇ ਹਮਲਾ ਹੋਇਆ, ਸਾਡੇ ਦਿੱਲੀ ਦੇ ਵਿੱਚ ਸਾਡੇ ਲੋਕਾਂ ਦੇ ਗਲਾਂ 'ਚ ਟਾਇਰ ਪਾ ਕੇ ਸਾੜਿਆ ਗਿਆ, ਕਾਨਪੁਰ ਦੇ ਵਿੱਚ ਲੋਕਾਂ ਦੇ ਗਲਾਂ 'ਚ, ਸਿੱਖਾਂ ਦੇ ਗਲਾਂ 'ਚ ਟਾਇਰ ਪਾ ਕੇ ਸਾੜਿਆ ਗਿਆ। ਅੱਜ ਤੱਕ ਇਹਨਾਂ ਦੇ ਪ੍ਰਧਾਨ ਮੰਤਰੀ ਨੇ ਮਾਫ਼ੀ ਮੰਗੀ, ਅੱਜ ਤੱਕ ਰਾਹੁਲ ਗਾਂਧੀ ਜੀ ਨੇ ਮਾਫ਼ੀ ਮੰਗੀ ਹੈ, ਅੱਜ ਤੱਕ ਕਦੇ ਦਰਬਾਰ ਸਾਹਿਬ ਆ ਕੇ ਮੱਥਾ ਟੇਕ ਕੇ ਉੱਥੇ ਹੱਥ ਜੋੜ ਕੇ ਕਿਹਾ ਵੀ ਸਾਡੇ ਤੋਂ ਗਲਤੀ ਹੋਈ ਹੈ, ਵੀ ਸਾਨੂੰ ਮੇਰੀ ਦਾਦੀ ਨੂੰ ਇਹ ਨਹੀਂ ਕਰਨਾ ਚਾਹੀਦਾ ਸੀ। ਸੋ ਪ੍ਰਧਾਨ ਮੰਤਰੀ ਨੇ ਉੱਦਮ ਕੀਤਾ। ਮੈਂ ਕਹਿੰਦਾ ਮਾਫ਼ੀ ਮੰਗਣ ਵਾਲਾ ਬੰਦਾ ਕਦੇ ਛੋਟਾ ਨਹੀਂ ਨਾ ਵੱਡਾ ਹੁੰਦਾ। ਉਹਨਾਂ ਨੇ ਮਾਫ਼ੀ ਮੰਗ ਕੇ ਵੀ ਜੇ ਤੁਹਾਨੂੰ ਨਹੀਂ ਠੀਕ ਲੱਗਦੇ, ਜੇ ਤੁਹਾਡੇ ਕਰਕੇ ਕਾਨੂੰਨ ਬਣਾਏ ਜਾਂਦੇ ਤੁਹਾਨੂੰ ਨਹੀਂ ਠੀਕ ਲੱਗਦੇ, ਮੈਂ ਮਾਫ਼ੀ ਮੰਗਦਾ, ਮੈਂ ਵਾਪਸ ਲੈਣਾ। ਦੱਸੋ ਕਿਹੜੇ ਪ੍ਰਧਾਨ ਮੰਤਰੀ ਨੇ ਅੱਜ ਤੱਕ ਮਾਫ਼ੀ ਮੰਗੀ ਹੈ? ਉਹਨਾਂ ਨੇ ਹੱਥ ਜੋੜ ਕੇ ਮਾਫ਼ੀ ਮੰਗੀ ਆ, ਅਤੇ ਉਦੋਂ ਬਾਅਦ ਕਿਸਾਨੀ ਧਰਨਾ ਹਟਿਆ ਆ। ਔਰ ਸਾਡੇ ਵਰਗੇ ਲੋਕ, ਅਸੀਂ ਉਹ ਲੋਕ ਹਾਂ ਜਿਨ੍ਹਾਂ ਨੇ ਆਪਦੇ, ਮੇਰੀ ਮਾਤਾ ਜੀ ਨੇ ਆਪਦੇ ਕੰਨਾਂ ਦੀਆਂ ਵਾਲੀਆਂ, ਮੇਰੇ ਬਹੁਤ ਸਾਰੇ ਦੋਸਤਾਂ ਨੇ ਆਪਦੇ, ਕਿਸੇ ਨੇ ਸੈੱਟ, ਸੋਨੇ ਦਾ ਸੈੱਟ ਪਾਇਆ, ਕਿਸੇ ਨੇ ਕੁਝ ਪਾਇਆ, ਇੱਕ ਸੋਨੇ ਦੀ ਕਹੀ ਬਣਾ ਕੇ ਅਸੀਂ ਉੱਥੇ ਉਹਨਾਂ ਨੂੰ ਭੇਟ ਕਰਨ ਗਏ, ਅਤੇ ਉਹ ਕਹਿੰਦੇ ਅਸੀਂ ਤੁਹਾਡੇ ਤੋਂ ਲੈਣੀ ਨਹੀਂ ਕਹੀ। ਸੋ ਗੱਲਾਂ ਵੀ ਦੋ ਪਾਸੇ ਚੱਲਦੀਆਂ ਨੇ, ਪੋਲੀਟਿਕਸ ਹਰ ਬੰਦਾ ਕਰਦਾ, ਪਰ ਕਿਸਾਨਾਂ ਦੀ ਆਵਾਜ਼ ਦੇ ਵਿੱਚ ਪੋਲੀਟਿਕਸ ਨਾ ਕੀਤੀ ਜਾਵੇ, ਮੇਰੀ ਹੱਥ ਜੋੜ ਕੇ ਬੇਨਤੀ ਆ। ਅੱਜ ਵੀ ਕਈ ਤੁਹਾਨੂੰ ਉਡੀਕ ਰਹੀ ਆ ਰਾਜਨੀਤੀ, ਚਲੋ ਅੱਛੀ ਗੱਲ ਨਹੀਂ ਹੋਣੀ ਚਾਹੀਦੀ। ਮੈਂ ਚਾਹੁੰਦਾ ਕਿ ਇਹਦਾ ਤੁਸੀਂ ਬਹੁਤ ਸਰਲ ਭਾਸ਼ਾ ਦੇ ਵਿੱਚ ਜਵਾਬ ਦਿਓ ਕਿ ਕਿਸਾਨੀ ਦੇ ਲਈ ਅੱਜ ਸੰਨੀ ਕੈਂਤ ਔਰ ਉਹਨਾਂ ਦੀ ਪਾਰਟੀ ਜਿਹੜੀ ਹੈ ਕੀ ਕਰ ਰਹੀ ਹੈ ਜਾਂ ਕਰੇਗੀ ਆਉਣ ਵਾਲੇ ਸਮੇਂ 'ਚ? ਕਿਸਾਨ ਸਨਮਾਨ ਨਿਧੀ ਇੱਕ ਯੋਜਨਾ ਚਲਾਈ ਜਾਂਦੀ ਹੈ ਭਾਰਤੀ ਜਨਤਾ ਪਾਰਟੀ ਵੱਲੋਂ। ਸਭ ਤੋਂ ਵੱਡਾ ਜਿਹੜਾ ਫਾਇਦਾ ਆ ਪਿੰਡਾਂ ਦੇ ਵਿੱਚ ਕਿਸਾਨ ਜ਼ਿਮੀਂਦਾਰ ਭਰਾ ਸਾਡੇ, ਜਿਹੜੇ ਮਜ਼ਦੂਰ ਭਰਾ ਨੇ ਜਿਨ੍ਹਾਂ ਕੋਲ ਜ਼ਮੀਨਾਂ ਨੇ, ਉਹਨਾਂ ਨੂੰ ਕਿਸਾਨ ਸਨਮਾਨ ਨਿਧੀ ਦੇ ਤਹਿਤ 6,000 ਰੁਪਇਆ ਉਹਨਾਂ ਦੇ ਖਾਤਿਆਂ ਦੇ ਵਿੱਚ ਆਉਂਦਾ।
ਤੁਸੀਂ ਪਿੰਡਾਂ ਦੇ ਵਿੱਚ ਚਲ ਜਾਓ, ਬੈਂਕਾਂ ਦੇ ਵਿੱਚ ਜਾ ਕੇ ਖੜ੍ਹ ਜਾਓ ਕਿਸੇ ਦਿਨ ਲਾਈਨ ਦੇ ਵਿੱਚ, ਤੁਹਾਨੂੰ ਉੱਥੇ ਬਹੁਤ ਸਾਰੇ ਲੋਕ ਇਹੋ ਜਿਹੇ ਨਜ਼ਰ ਆਉਣਗੇ ਜਿਹੜੇ ਬੈਂਕ ਦੇ ਮੈਨੇਜਰ ਨੂੰ ਇਹ ਪੁੱਛਦੇ ਨਜ਼ਰ ਆਉਣਗੇ ਵੀ ਮੋਦੀ ਵਾਲੇ ਪੈਸੇ 6000 ਆ ਗਏ। ਔਰ ਇਹ ਕੇਂਦਰ ਸਰਕਾਰ ਵੱਲੋਂ ਹੁਣ ਤੋਂ ਨਹੀਂ, ਕਿਸਾਨੀ ਧਰਨਾ ਲੱਗਣ ਤੋਂ ਬਾਅਦ ਨਹੀਂ, ਕਿਸਾਨੀ ਧਰਨਾ ਲੱਗਣ ਤੋਂ ਬਹੁਤ ਸਾਲ ਪਹਿਲਾਂ ਦੀ ਇੱਕ ਸਕੀਮ ਜਿਹੜੀ ਹੈ ਕੇਂਦਰ ਸਰਕਾਰ ਵੱਲੋਂ ਚੱਲ ਰਹੀ ਹੈ ਆਲਰੇਡੀ ਅਤੇ ਹੁਣ ਵੀ ਚੱਲ ਰਹੀ ਆ। ਅਤੇ ਕਿਸਾਨਾਂ ਵਾਸਤੇ ਜੋ ਮੋਦੀ ਸਾਹਿਬ ਕਰ ਰਹੇ ਆ, ਪਹਿਲਾਂ ਵੀ ਕਰ ਰਹੇ ਅਤੇ ਹੁਣ ਵੀ ਕਰਨਗੇ ਅਤੇ ਅੱਗੇ ਵੀ ਕਰਦੇ ਰਹਿਣਗੇ, ਜੋ ਸਨਮਾਨ ਕਿਸਾਨਾਂ ਦਾ ਸਾਡੇ ਦਿਲਾਂ ਦੇ ਵਿੱਚ ਆ, ਸਾਡੇ ਮਨਾਂ ਦੇ ਵਿੱਚ ਆ, ਉਹ ਹਮੇਸ਼ਾ ਸਤਿਕਾਰ ਬਰਕਰਾਰ ਰਹੂਗਾ। ਸਨੀ ਜੀ, ਤੁਹਾਨੂੰ ਲੱਗਦਾ ਕਿ ਸਰਕਾਰ ਵੱਲੋਂ ਜੋ ਸਕੀਮਾਂ ਚਲਾਈਆਂ ਜਾਂਦੀਆਂ ਉਹ ਨੀਚਲੇ ਪੱਧਰ ਤੱਕ ਪਹੁੰਚ ਪਾਉਂਦੀਆਂ ਨੇ, ਕਿਤੇ ਨਾ ਕਿਤੇ ਭ੍ਰਿਸ਼ਟਾਚਾਰ ਹੀ ਬਹੁਤ ਜ਼ਿਆਦਾ ਜਿਹੜਾ ਹੈਗਾ ਇਸ ਚੀਜ਼ ਨੂੰ ਖਤਮ ਕਰ ਦਿੰਦਾ ਹੈਗਾ। ਜਿਹੜਾ 6000 ਰੁਪਇਆ ਤੁਸੀਂ ਕਹਿ ਰਹੇ ਹੋ, ਉਹ ਮੈਂ ਚਾਹੁੰਦਾ ਕਿ ਦੱਸੋ ਵਿਸਥਾਰ ਦੇ ਨਾਲ ਕਿ ਕਿੱਦਾਂ ਅਗਰ ਆਉਂਦਾ ਤਾਂ ਉਹ ਕਿਵੇਂ ਜਿਹੜਾ ਫਾਇਦਾ ਲੈ ਸਕਦੇ ਨੇ ਕਿਸਾਨ। ਕੋਈ ਭ੍ਰਿਸ਼ਟਾਚਾਰ, ਕੋਈ ਆਪਣਾ ਜ਼ੋਰ ਲਾ ਲਏ, ਕੋਈ ਕਿਸੇ ਬੰਦੇ ਨੂੰ ਇਹਦੇ ਵਿੱਚ ਦਲਾਲੀ ਨਹੀਂ ਮਿਲਦੀ। ਭਾਰਤੀ ਜਨਤਾ ਪਾਰਟੀ ਦਾ ਇੱਕੋ ਇੱਕ ਏਜੰਡਾ ਆ ਵੀ ਕਰਪਸ਼ਨ ਫਰੀ ਜਿਹੜਾ ਦੇਸ਼ ਸਾਡਾ ਹੋਣਾ ਚਾਹੀਦਾ। ਜੇ ਕੋਈ ਸਕੀਮ ਭਾਰਤੀ ਜਨਤਾ ਪਾਰਟੀ ਵੱਲੋਂ ਕੇਂਦਰ ਵੱਲੋਂ ਚੱਲ ਰਹੀ ਆ ਤਾਂ ਸਿੱਧੇ ਤੁਹਾਡੇ ਖਾਤੇ ਦੇ ਵਿੱਚ ਲਾਭ ਮਿਲਦਾ ਉਸ ਚੀਜ਼ ਦਾ। ਅੱਜ ਇਹਦੇ ਵਿੱਚ ਕੋਈ ਵਿਚੋਲਾ ਨਹੀਂ ਆ, ਜੇ ਅੱਜ ਕੇਂਦਰ ਵੱਲੋਂ ਪੈਸੇ ਆ ਰਹੇ ਸਿੱਧੇ ਤੁਹਾਡੇ ਅਕਾਊਂਟ 'ਚ ਆਉਣੇ ਆ। ਅੱਜ ਸਾਡੇ ਜ਼ਿਮੀਂਦਾਰ ਭਰਾ ਬਹੁਤ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਖਾਤਿਆਂ 'ਚ 6000 ਰੁਪਏ ਆ ਰਹੇ ਆ। ਤੁਸੀਂ ਕਿਸੇ ਜ਼ਿਮੀਂਦਾਰ ਭਰਾ ਨੂੰ ਪਿੰਡਾਂ 'ਚ ਜਾ ਕੇ ਪੁੱਛੋ ਵੀ ਹਾਂਜੀ ਮੋਦੀ ਵਾਲੇ ਪੈਸੇ, ਉਹਨਾਂ ਦੀ ਸਟੇਟਮੈਂਟ ਚੈੱਕ ਕਰਿਓ, ਉਹ 'ਚ ਲਿਖਿਆ ਹੁੰਦਾ ਕਿਸਾਨ ਸਨਮਾਨ ਨਿਧੀ ਮੋਦੀ 6000 ਰੁਪਏ ਸਲਾਨਾ। ਔਰ ਬਹੁਤ ਸੌਖਾ ਅਤੇ ਸਰਲ ਤਰੀਕਾ ਆ ਇਹਨੂੰ ਲੈਣ ਵਾਸਤੇ, ਆਪਦੇ ਬੈਂਕ 'ਚ ਜਾਓ, ਆਪਦੀ ਸੁਸਾਇਟੀ ਦੇ ਵਿੱਚ ਜਾਓ, ਸੁਸਾਇਟੀ ਦੇ ਵਿੱਚ ਜਾ ਕੇ ਇਹਨੂੰ ਦਰਜ ਕਰੋ ਅਤੇ ਤੁਹਾਨੂੰ ਤੁਹਾਡੇ ਖਾਤੇ 'ਚ ਪੈਸੇ ਆਉਣੇ ਸ਼ੁਰੂ ਹੋ ਜਾਂਦੇ ਆ। ਔਰ ਬਹੁਤ ਸਾਰੀਆਂ ਫਸਲਾਂ ਦੇ ਉੱਪਰ MSP ਜਿਹੜੀ ਅੱਜ ਰੇਟ ਜਿਹੜੇ ਵਧਾਏ ਆ ਮੋਦੀ ਸਰਕਾਰ ਨੇ ਵਧਾਏ ਆ, ਅੱਜ ਇਹ ਭਗਵੰਤ ਮਾਨ ਸਾਹਿਬ ਨੇ ਨਹੀਂ ਵਧਾਏ, ਕਿਸੇ ਹੋਰ ਨੇ ਨਹੀਂ ਵਧਾਏ। ਸੋ ਇਹ ਸਕੀਮਾਂ ਲੈਣੀਆਂ ਸਾਡਾ ਦੇਣੀਆਂ ਮੋਦੀ ਸਰਕਾਰ ਦਾ ਕੰਮ ਆ, ਉਹਨੂੰ ਅਵੇਲ ਕਿਵੇਂ ਕਰਨਾ ਉਹ ਸਾਡਾ ਕੰਮ, ਅਸੀਂ ਲੋਕਾਂ 'ਚ ਕਿਵੇਂ ਲੈ ਕੇ ਜਾਣੀਆਂ ਨੇ। ਅੱਜ ਅਸੀਂ ਪਿੰਡਾਂ ਦੇ ਵਿੱਚ, ਮੈਂ ਪਿੰਡਾਂ ਦੇ ਵਿੱਚੋਂ ਆਉਣਾ, ਮੈਂ ਗਿੱਲ ਹਲਕੇ ਦੇ ਵਿੱਚੋਂ, ਮੇਰੀ ਰਹਿਸ਼ ਆ ਮੇਰੀ ਗਿੱਲ ਹਲਕੇ ਦੇ ਵਿੱਚ, ਔਰ ਅਸੀਂ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਦੱਸਦੇ ਹਾਂ ਵੀ ਆਹ ਫਲਾਣੀ ਸਕੀਮ ਮੋਦੀ ਸਾਹਿਬ ਵੱਲੋਂ ਆਈ ਆ, ਆਹ ਫਲਾਣੀ ਸਕੀਮ ਕੇਂਦਰ ਦੀ, ਇਹਨੂੰ ਅਪਲਾਈ ਕਰੋ। ਅਸੀਂ ਆਪਣੇ ਦਫ਼ਤਰਾਂ 'ਚ ਬੰਦੇ ਰੱਖੇ ਆ, ਸਾਡੇ ਦਫ਼ਤਰਾਂ 'ਚ ਲੋਕ ਆ ਕੇ ਇਸ ਚੀਜ਼ ਨੂੰ ਅਪਲਾਈ ਕਰਦੇ ਆ ਔਰ ਉਹਦਾ ਲਾਭ ਲੈਂਦੇ ਆ। ਇਹ ਅਸੀਂ ਪੂਰਨ ਤੌਰ ਦੇ ਉੱਪਰ ਜੇ ਅਸੀਂ ਚਾਹੁੰਦੇ ਹਾਂ ਵੀ ਜਦ ਤੱਕ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਸਰਕਾਰ ਨਹੀਂ ਬਣਦੀ, ਤੁਸੀਂ 100% ਲਾਭ ਨਹੀਂ ਲੈ ਸਕਦੇ। ਤੁਹਾਨੂੰ ਸਰਕਾਰ ਬਣਾਉਣੀ ਪੈਣੀ ਆ, ਮੋਦੀ ਸਰਕਾਰ ਤੁਹਾਨੂੰ ਪੈਸੇ ਦੇਣ ਲਈ ਬੈਠੀ ਆ, ਤੁਹਾਨੂੰ ਲੈਣੇ ਆਉਣੇ ਚਾਹੀਦੇ, ਕਿਵੇਂ ਲੈਣੇ ਆ। ਠੀਕ ਹੈ ਸਨੀ ਜੀ, ਬੇਸ਼ੱਕ ਤੁਸੀਂ ਜਿਹੜਾ ਦਿਹਾਤੀ ਦੇ ਅਹੁਦੇਦਾਰ ਹੈਗੇ ਹੋ, ਪਰ ਨਗਰ ਨਿਗਮ ਚੋਣਾਂ ਜਿਹੜੀਆਂ ਆ ਰਹੀਆਂ ਨੇ ਤਾਂ ਪਾਰਟੀ ਕੀ ਜਿਹੜੇ ਮੁੱਦੇ ਲੈ ਕੇ ਆਊਗੀ ਘਰ ਘਰ ਵੋਟ ਵਾਸਤੇ? ਨਗਰ ਨਿਗਮ ਦੇਖੋ, ਆਪਣੇ ਪੰਜਾਬ ਦੇ ਵਿੱਚ ਜਾਂ ਕਿਸੇ ਵੀ ਸੂਬੇ ਦੇ ਵਿੱਚ ਨਗਰ ਨਿਗਮ ਇੱਕ ਮਿੰਨੀ ਪਾਰਲੀਮੈਂਟ ਹੁੰਦਾ। ਨਗਰ ਨਿਗਮ ਦੇ ਨਾਲ ਜਿਹੜਾ ਸਾਡੇ ਸੜਕਾਂ ਦਾ ਵਿਕਾਸ, ਸਾਡੇ ਸੀਵਰੇਜ ਦਾ ਵਿਕਾਸ ਹੋ ਗਿਆ, ਸਾਡੇ ਹੋਰ ਬਹੁਤ ਸਾਰੇ ਡਿਵੈਲਪਮੈਂਟ ਦੇ ਕੰਮ ਆ ਨਗਰ ਨਿਗਮ ਦੇ ਨਾਲ ਚੱਲਦੇ ਆ। ਔਰ ਸਾਡੇ ਨਗਰ ਨਿਗਮ ਦੇ ਹਾਲਾਤ ਇਹ ਨੇ ਵੀ ਸਭ ਤੋਂ ਅਮੀਰ ਨਗਰ ਨਿਗਮ ਆ, ਅਤੇ ਸਾਡੇ ਅਮੀਰ ਨਗਰ ਨਿਗਮ ਹੋਣ ਦੇ ਅਲਾਵਾ ਸਮਾਰਟ ਸਿਟੀ ਦਾ ਉਹ ਹਾਲਾਤ ਨੇ। ਤੁਸੀਂ ਅੱਜ ਜਾਓ ਇੱਥੇ ਆਪਣੇ ਫਿਰੋਜ਼ਪੁਰ ਰੋਡ ਦੇ ਉੱਪਰ ਜਿਹੜਾ ਅੰਡਰਪਾਸ ਬਣਿਆ, ਉੱਥੋਂ ਤੁਹਾਨੂੰ ਹਾਲਾਤ ਨਜ਼ਰ ਆਉਣਗੇ ਸਾਡੇ ਸਮਾਰਟ ਸਿਟੀ ਦੇ ਹਾਲਾਤ ਕੀ ਹੈ। ਇਹ ਰਣਜੀਤ ਸਿੰਘ ਬਿੱਟੂ ਜੀ ਐਡੀ ਵੱਡੀ ਵੱਡੀਆਂ ਗੱਲਾਂ ਮਾਰਦੇ ਉਸ ਟਾਈਮ ਵੀ, ਅਸੀਂ ਸਮਾਰਟ ਸਿਟੀ ਪ੍ਰੋਜੈਕਟ ਲਿਆਉਂਦਾ, ਮੈਂ ਫਲਾਣੀ ਆਹ ਚੀਜ਼ਾਂ ਕਰਤੀਆਂ, ਅਤੇ ਅੱਜ ਬਿੱਟੂ ਜੀ ਨੂੰ ਪੁੱਛੋ ਵੀ ਜਾ ਕੇ ਥੱਲੇ ਉਹ ਪੁੱਲ ਦੇ ਥੱਲੇ ਖੜਿਆ ਕਰਨਾ ਜਿੱਥੇ ਪਾਣੀ ਖੜਦਾ, ਜਿੱਥੇ ਲੋਕਾਂ ਦੀਆਂ ਗੱਡੀਆਂ ਖਰਾਬ ਹੁੰਦੀਆਂ ਨੇ, ਜਾ ਕੇ ਉੱਥੇ ਖੜਨ ਜਿੱਥੇ ਬੁੱਢਾ ਨਾਲਾ ਲੀਕ ਹੋਇਆ, ਜਿੱਥੇ ਲੋਕ 5-5 ਫੁੱਟ ਬੁੱਢੇ ਨਾਲੇ ਦੇ ਵਿੱਚ ਰਾਤ ਰਹਿਣ ਨੂੰ ਮਜਬੂਰ ਨੇ, ਉੱਥੇ ਕਿਉਂ ਨਹੀਂ ਜਾ ਰਹੇ? ਜਾ ਕੇ ਉੱਥੇ ਜਾਣ ਅਤੇ ਸਮਾਰਟ ਸਿਟੀ ਬਾਰੇ ਦੱਸਣ ਵੀ ਮੇਰੀ ਆਹ ਉਪਲਬਧੀ ਆ। ਸੋ ਗੱਲਾਂ ਸਾਰੇ ਕਰਨਾ ਚਾਹੁੰਦੇ ਆ, ਪੈਸਾ ਕੇਂਦਰ ਦਾ ਆ, ਨੰਬਰ ਇਹ ਬਣਾਉਂਦੇ ਆ, ਅਤੇ ਲੋਕਾਂ ਦਾ ਕੁਛ ਨਹੀਂ ਪਹੁੰਚਦਾ। ਸਾਡਾ ਮੋਟਿਵ ਕੀ ਆ, ਜੇ ਨਗਰ ਨਿਗਮ ਦੇ ਵਿੱਚ ਭਾਜਪਾ ਦਾ ਮੇਅਰ ਬਣਦਾ ਹੈ, ਸਾਡਾ ਮੋਟਿਵ ਇਹ ਵੀ ਲੋਕਾਂ ਨੂੰ ਅਸੀਂ ਪੂਰਨ ਤੌਰ 'ਤੇ ਰਾਹਤ ਦਈਏ, ਲੋਕਾਂ ਨੂੰ ਪੂਰਨ ਤੌਰ 'ਤੇ ਉਹਨਾਂ ਦੇ ਸਾਰੇ ਬੈਨੀਫਿਟਸ ਉਹਨਾਂ ਨੂੰ ਮਿਲ ਸਕਣ, ਉਹਨਾਂ ਦੇ ਜਿਹੜੇ ਸਾਡੇ ਕੌਂਸਲਰ ਹੈਗੇ, ਸਾਡਾ ਪਾਰਟੀ ਦਾ ਸਿਸਟਮ ਇਹੋ ਜਿਹਾ ਸਿਸਟਮ ਆ ਵੀ ਇੱਥੇ ਕਿਸੇ ਦੀ ਮਨਮਰਜ਼ੀ ਨਹੀਂ ਚੱਲਦੀ ਹੈ, ਇੱਥੇ ਪਾਰਟੀ ਨੇ ਲੋਕਾਂ ਦੇ ਵੈਲਫੇਅਰ ਵਾਸਤੇ ਕੰਮ ਕਰਨਾ ਆ, ਇੱਥੇ ਪਾਰਟੀ ਨੇ ਤੁਹਾਨੂੰ ਲਾਭ ਕਿੱਦਾਂ ਹੋ ਸਕਦਾ ਉਹਨੂੰ ਉਹਦੇ ਵਾਸਤੇ ਕੰਮ ਕਰਨਾ ਆ, ਸਾਡੇ ਕੌਂਸਲਰ ਜਿਹੜੇ ਹੈਗੇ ਆ ਉਸ ਵਾਸਤੇ ਕੰਮ ਕਰਨਗੇ ਤਾਂ ਕਿ ਤੁਹਾਨੂੰ ਕਿਸੇ ਤਰੀਕੇ ਦੀ ਪਰੇਸ਼ਾਨੀ ਨਾ ਆ ਸਕੇ। ਸ਼੍ਰੋਮਣੀ ਅਕਾਲੀ ਦਲ ਨਾਲ ਦੁਬਾਰਾ ਗੱਠਜੋੜ ਦੀਆਂ ਕਾਫੀ ਦੇਰ ਤੋਂ ਜਿਹੜੀਆਂ ਕਨਸੋਆਂ ਚੱਲਦੀਆਂ ਪਈਆਂ ਨੇ, ਅਗਰ ਉਹ ਪਾਰਟੀ ਆਉਂਦੀ ਹੈ BJP ਦੇ ਨਾਲ ਗੱਠਜੋੜ ਹੁੰਦਾ ਤਾਂ ਉਹਦਾ ਬਸਪਾ ਦੇ ਨਾਲ ਕੀ ਜਿਹੜਾ ਰਿਐਕਸ਼ਨ ਰਹੂਗਾ, ਅਤੇ ਪਾਰਟੀ ਦਾ ਗੱਠਜੋੜ ਹੋਏਗਾ ਕਿ ਨਹੀਂ ਹੋਏਗਾ? ਦੇਖੋ, ਇਹ ਪਾਰਟੀ ਦਾ ਮਸਲਾ ਆ, ਇਹ ਸਾਡੇ ਪਾਰਟੀ ਨੇ ਤੈਅ ਕਰਨਾ, ਕੇਂਦਰੀ ਸਾਡਾ ਜਿਹੜਾ ਸਿਸਟਮ ਆ ਕੇਂਦਰ ਦਾ, ਉਹਨਾਂ ਨੇ ਦੇਖਣਾ ਵੀ ਮਸਲਾ ਆਉਣਾ ਚਾਹੀਦਾ ਕਿ ਨਹੀਂ ਆਉਣਾ ਚਾਹੀਦਾ। ਬਟ ਜਾਖੜ ਸਾਹਿਬ ਨੇ ਜਿਸ ਦਿਨ ਤਾਜਪੋਸ਼ੀ ਆ, ਉਸ ਦਿਨ ਉਹਨਾਂ ਨੇ ਸਾਫ਼ ਤੌਰ 'ਤੇ ਐਲਾਨ ਕੀਤਾ ਵੀ ਭਾਰਤੀ ਜਨਤਾ ਪਾਰਟੀ ਪੂਰਨ ਤੌਰ 'ਤੇ ਇਕੱਲੇ ਲੜੂਗੀ, ਔਰ ਇਕੱਲੇ ਲੜਨ ਦਾ ਦਮ ਰੱਖਦੇ ਹਾਂ ਅਸੀਂ, ਔਰ ਲੋਕਾਂ ਤੱਕ ਅਸੀਂ
जरूरी नहीं सानू अकाली दल का सहारा लवे लोगों तक जाने लई। अज्ज असीं अलग तौर पर लड़ रहे हैं, अलग तौर पर खड़े हुए हैं और लोग बहुत वड्डे पद्धर से सानू हंगारा मिल रहा लोगों का। अज्ज साफ तौर पर उन्होंने वालों कहा गया भी भारतीय जनता पार्टी किसी ने कोई समर्थन नहीं करेगी, कल्ले तौर पर असीं लड़ांगे और पूर्ण तौर पर मैं समझदा भी जित भी हासिल करा। ठीक है सनी जी, जदों किसानी संघर्ष का दौर सीगा, बीजेपी का एक झंडा तक चकना जिहड़ा मुश्किल सीगा पंजाब दे विच, खास तौर पर पिंडां दे विच, शहरां दे विच नहीं मैं कह रहा, तो उस समय अगर कोई बीजेपी का आगू कोई प्रचार लई पार्टी दे प्रचार प्रसार लई भी कोई फंक्शन भी हुंदे सी तो वह भी जिहड़े बंद कर दिते जांदे सी। अज दा सिनेरियो की आ ਪਿੰਡਾਂ ਦੇ ਵਿੱਚ ਕੀ ਹੁੰਗਾਰਾ ਬੀਜੇਪੀ ਨੂੰ ਮਿਲ ਰਿਹਾ? ਪਿੰਡਾਂ ਦੇ ਵਿੱਚ ਜਿਹੜੇ ਪਿੰਡਾਂ ਦੀ ਗੱਲ ਕਰਦੇ ਹਾਂ ਵੀ ਝੰਡੇ ਲਾਏ ਜਾਂਦੇ ਸੀ, ਅੱਜ ਉਹਨਾਂ ਪਿੰਡਾਂ ਦੇ ਵਿੱਚ ਹੀ ਭਾਰਤੀ ਜਨਤਾ ਪਾਰਟੀ ਦੇ ਝੰਡੇ ਝੂਲਦੇ ਆ। ਤੁਸੀਂ ਪਿੰਡਾਂ ਦੇ ਵਿੱਚ ਜਾਓਗੇ ਤੁਹਾਨੂੰ ਆਮ ਤੌਰ 'ਤੇ ਲੋਕਾਂ ਦੇ ਘਰਾਂ ਦੇ ਉੱਪਰ ਬੀਜੇਪੀ ਦੇ ਝੰਡੇ ਨਜ਼ਰ ਆਉਣਗੇ। ਜਦੋਂ ਦੇਖੋ ਇੱਕ ਸਮਾਂ ਸੀ, ਉਹ ਸਮਾਂ ਲੰਘਿਆ, ਲੋਕਾਂ ਨੇ ਅਕਸੈਪਟ ਕੀਤਾ, ਲੋਕਾਂ ਨੇ ਦੇਖਿਆ ਵੀ ਜੇ ਪ੍ਰਧਾਨ ਮੰਤਰੀ ਸਾਹਿਬ ਮਾਫ਼ੀ ਮੰਗ ਕੇ ਕਾਨੂੰਨ ਵਾਪਸ ਲੈ ਰਹੇ ਆ ਤਾਂ ਸਾਨੂੰ ਵੀ ਉਹਨਾਂ ਨਾਲ ਖੜਨਾ ਚਾਹੀਦਾ। ਅਸੀਂ ਕੋਈ ਪ੍ਰਧਾਨ ਮੰਤਰੀ ਕੋਈ ਕਿਸੇ ਦਾ ਦੁਖੀ ਨਹੀਂ ਹੈ, ਕਿਸੇ ਦੇ ਨੁਕਸਾਨ ਨਹੀਂ ਕਰਨਾ ਚਾਹੁੰਦੇ, ਲੋਕਾਂ ਦਾ ਫਾਇਦਾ ਕਰਨਾ ਚਾਹੁੰਦੇ। ਸੋ ਅੱਜ ਸਮੇਂ ਦੇ ਲੋਕ ਆਪਣੇ ਘਰਾਂ 'ਚ ਝੰਡੇ ਲਾ ਰਹੇ ਆ, ਅੱਜ ਪਿੰਡਾਂ ਦੇ ਵਿੱਚ ਬਹੁਤ ਵਧੀਆ ਮਾਹੌਲ ਹੈ। ਅੱਜ ਮੈਂ ਜਿਹੜੇ ਹਲਕੇ 'ਚ ਰਹਿਣਾ, ਤੁਸੀਂ ਮੇਰੇ ਹਲਕੇ ਜਾ ਕੇ ਦੇਖੋ ਤੁਸੀਂ ਕਿੰਨੇ ਅਸੀਂ ਪਿੰਡਾਂ ਦੇ ਪਿੰਡ ਲੋਕ ਜੁੜੇ ਆ, ਪਿੰਡਾਂ ਦੇ ਪੰਚਾਇਤਾਂ ਸ਼ਾਮਿਲ ਹੋ ਰਹੀਆਂ ਨੇ, ਪਿੰਡਾਂ ਦੇ ਪੰਚ ਸ਼ਾਮਿਲ ਹੋ ਰਹੇ ਆ ਔਰ ਮੇਰੇ ਪਿੰਡ ਹਲਕੇ ਦੇ ਵਿੱਚ 6 ਸਰਕਲ ਪੈਂਦੇ ਸਾਡੇ ਗੇਲ ਹਲਕੇ ਦੇ ਬੀਜੇਪੀ ਦੇ, 6ਾਂ ਦੇ 6ਾਂ ਸਰਕਲਾਂ ਦੇ ਵਿੱਚ ਬਹੁਤ ਵਧੀਆ ਟੀਮ ਆ, ਸਾਡੇ ਪ੍ਰਧਾਨ ਲੱਗੇ ਆ, ਟੀਮ ਬਣੀ ਆ, ਲੋਕ ਜੁੜ ਰਹੇ ਤਾਂ ਹੀ ਬਣ ਰਿਹਾ, ਸਾਰਾ ਸਿਸਟਮ ਚੱਲ ਰਿਹਾ। ਠੀਕ ਹੈ ਜੀ। ਸੁਨੀਲ ਜਾਖੜ ਹੁਣਾਂ ਦੀ ਪ੍ਰਧਾਨਗੀ ਦੀ ਜਿਹੜੀ ਹੈ ਤਾਜਪੋਸ਼ੀ ਅਤੇ ਜਿਹੜਾ ਅਸ਼ਵਨੀ ਸ਼ਰਮਾ ਨਹੀਂ ਪਹੁੰਚੇ, ਇਹ ਨਾਰਾਜ਼ਗੀ ਸੀ ਜਾਂ ਕੋਈ ਉਹਨਾਂ ਦਾ ਨਿੱਜੀ ਕਾਰਨ ਰਿਹਾ ਸੀ? ਦੇਖੋ ਉਹਨਾਂ ਨੇ ਅਸ਼ਵਨੀ ਸ਼ਰਮਾ ਜੀ ਨੇ ਬਿਆਨ ਦਿੱਤਾ ਵੀ ਮੈਂ ਬਿਮਾਰ ਸੀ ਇਸ ਕਰਕੇ ਮੇਰੇ ਤੋਂ ਨਹੀਂ ਆ ਹੋਇਆ, ਔਰ ਮੈਂ ਸਮਝਦਾ ਵੀ ਉਹਨਾਂ ਨੂੰ ਕੋਈ ਇਹੋ ਜਿਹੀ ਨਾਰਾਜ਼ਗੀ ਨਹੀਂ ਹੈ ਕਿਉਂਕਿ ਉਹ 2-3 ਵਾਰੀ ਪੰਜਾਬ ਦੇ ਪ੍ਰਧਾਨ ਰਹੇ ਆ, ਬਹੁਤ ਵੱਡਾ ਉਹਨਾਂ ਦਾ ਅਹੁਦਾ ਆ, ਅੱਜ ਉਹਨਾਂ ਨੂੰ ਨੈਸ਼ਨਲ ਦੇ ਵਿੱਚ ਇੰਨਾ ਵੱਡਾ ਅਹੁਦਾ ਦਿੱਤਾ ਗਿਆ। ਸੋ ਮੈਨੂੰ ਨਹੀਂ ਲੱਗਦਾ ਕੋਈ ਇਹ ਭਰਮ ਬਣਾਇਆ ਜਾਂਦਾ। ਅਸ਼ਵਨੀ ਸ਼ਰਮਾ ਜੀ ਨੇ ਆਪ ਆਪਣੇ ਟਵੀਟ ਕਰਕੇ ਕਿਹਾ ਵੀ ਮੈਂ ਬਿਮਾਰ ਸੀ, ਮੈਂ ਆ ਨਹੀਂ ਸਕਿਆ, ਅੱਜ ਉਹਨਾਂ ਦੇ ਬਹੁਤ ਹੈਲਪ ਜਿਹੜੀ ਆ ਉਹਨਾਂ ਦੀ ਮਿਲ ਰਹੀ ਆ ਜਾਖੜ ਸਾਹਿਬ ਨੂੰ, ਸੋ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ। ਠੀਕ ਹੈ ਜੀ। ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਤੁਹਾਡੀ ਸਾਬਕਾ ਪਾਰਟੀ ਲੋਕ ਇਨਸਾਫ ਪਾਰਟੀ ਨੇ ਜਲੰਧਰ ਜ਼ਿਮਨੀ ਚੋਣਾਂ ਦੇ ਵਿੱਚ ਜਿਹੜਾ ਸਾਥ ਦਿੱਤਾ ਸੀਗਾ ਬੀਜੇਪੀ ਦਾ, ਅਤੇ ਹੁਣ ਇਹ ਵੀ ਕਨਸੋਆਂ ਨੇ ਕਿ ਬੀਜੇਪੀ ਦੇ ਵਿੱਚ ਸ਼ਾਮਿਲ ਹੋਣਗੇ ਸਿਮਰਜੀਤ ਸਿੰਘ ਬੈਂਸ, ਹੋਣਗੇ ਨਹੀਂ ਹੋਣਗੇ? ਅਤੇ ਨਾਲੇ ਇੱਕ ਵਾਰ ਤੁਹਾਡੇ ਬਾਰੇ ਵੀ ਪੁੱਛਿਆ ਸੀ ਉਹਨਾਂ ਨੂੰ ਅਤੇ ਉਹ ਕਹਿੰਦੇ ਸੀ ਵੀ ਸਨੀ ਕੈਂਥ ਨੂੰ ਮੈਂ ਜਾਣਦਾ ਨਹੀਂ, ਅਤੇ ਹੁਣ ਜਾਣਨ ਲੱਗ ਪਏ ਆ ਕਿ ਨਹੀਂ ਲੱਗ ਪਏ ਤੁਹਾਨੂੰ? ਦੇਖੋ ਬੈਂਸ ਸਾਹਿਬ ਮੇਰੇ ਵੱਡੇ ਭਰਾ ਨੇ, ਪੋਲੀਟਿਕਸ ਆਪਣੀ ਜਗ੍ਹਾ 'ਤੇ ਹੁੰਦੀ ਆ, ਭਾਈਬੰਦੀ ਆਪਣੀ ਜਗ੍ਹਾ 'ਤੇ ਆ, ਉਹਨਾਂ ਨੂੰ ਨਹੀਂ ਲੱਗਦਾ ਉਹ ਵੀ ਮੈਂ ਉਹਨਾਂ ਦਾ ਛੋਟਾ ਭਰਾ ਆ, ਪਰ ਮੇਰੇ ਵੱਡੇ ਭਰਾ ਨੇ, ਅੱਜ ਵੀ ਉੱਦਾਂ ਹੀ ਸਤਿਕਾਰ ਉਹਨਾਂ ਦਾ, ਜੋ ਉਹਨਾਂ ਨੇ ਕਿਹਾ ਉਹਨਾਂ ਨੂੰ ਪਤਾ ਹੋਊਗਾ। ਬਟ ਇਲੈਕਸ਼ਨ ਦੇ ਵਿੱਚ ਉਹਨਾਂ ਨੇ ਸਮਰਥਨ ਬੀਜੇਪੀ ਨੂੰ ਦਿੱਤਾ ਸੀ, ਅੱਗੇ ਉਹਨਾਂ ਨੇ ਜੁਆਇਨ ਕਰਨਾ ਨਹੀਂ ਕਰਨਾ ਇਹ ਪਾਰਟੀ ਦਾ ਕੰਮ ਹੈ, ਪਾਰਟੀ ਨੇ ਦੇਖਣਾ ਕੀ ਕਰਨਾ ਜਾਂ ਉਹਨਾਂ ਨੇ ਦੇਖਣਾ, ਪਰ ਮੇਰੇ ਲਈ ਉਹਨਾਂ ਦਾ ਸਰਕਾਰ ਹਮੇਸ਼ਾ ਮੇਰੇ ਦਿਲ ਦੇ ਵਿੱਚ ਮੇਰੇ ਮਨ ਦੇ ਵਿੱਚ ਬਰਕਰਾਰ ਰਹੂਗਾ। ਠੀਕ ਹੈ, ਚਲੋ ਅਸੀਂ ਵੀ ਆਸ ਕਰਦੇ ਹਾਂ ਕਿ ਹੁਣ ਤੁਹਾਨੂੰ ਜਾਣਨ ਲੱਗ ਪੈਣ। ਚਲੋ ਅਤੇ ਇੱਕ ਸਵਾਲ ਜਿਹੜਾ ਹੋਰ ਦਿਮਾਗ ਦੇ ਵਿੱਚ ਮੇਰੇ ਆ ਰਿਹਾ ਕਾਫੀ ਦੇਰ ਤੋਂ ਕਿ ਸਨੀ ਕੈਂਥ ਲੋਕ ਇਨਸਾਫ ਪਾਰਟੀ ਦੇ ਵਿੱਚ ਥੋੜ੍ਹੇ ਜ਼ਿਆਦਾ ਸਰਗਰਮ ਨਜ਼ਰ ਆਉਂਦੇ ਸੀ, ਅਤੇ ਬੀਜੇਪੀ ਦੇ ਵਿੱਚ ਆਉਣ ਦੇ ਨਾਲ ਜਿਹੜਾ ਇੱਕ ਪਰਾਲੀ ਦੀ ਅੱਗ ਅਤੇ ਉਸ ਤੋਂ ਬਾਅਦ ਕਹਿੰਦੇ ਵੀ ਭਾਂਬੜ ਮੱਚਿਆ ਅਤੇ ਬਹਿ ਗਿਆ, ਸਨੀ ਕੈਂਥ ਹੋਣੀ ਹੁਣ ਠੰਡੇ ਹੋ ਗਏ ਨੇ ਕਿ ਦੁਬਾਰਾ ਰਫ਼ਤਾਰ ਫੜਨਗੇ? ਹਰ ਪਾਰਟੀ ਦਾ ਆਪਣਾ ਸਿਸਟਮ ਹੁੰਦਾ, ਉੱਥੇ ਇੱਕ ਸਿਸਟਮ ਅਲੱਗ ਸੀਗਾ, ਇੱਥੇ ਬੀਜੇਪੀ ਦੇ ਵਿੱਚ ਬਹੁਤ ਸਾਰਾ ਡਿਸਿਪਲਿਨ ਆ, ਇੱਥੇ ਇੱਕ ਡਿਸਿਪਲਿਨ ਦੇ ਤਹਿਤ ਕੰਮ ਚੱਲਦਾ, ਸੰਗਠਨ ਆ, ਬਹੁਤ ਵੱਡਾ ਸੰਗਠਨ ਆ, ਤੁਹਾਡੇ ਉੱਪਰ ਬੰਦੇ ਬੈਠੇ ਆ, ਜਿਹੜਾ ਡਿਸਿਪਲਿਨ ਨਹੀਂ ਸੀ ਕਹਿਣ ਤੋਂ ਕਹਿ ਸਕਦੇ ਹੋ ਇੱਦਾਂ, ਮਤਲਬ ਮੈਂ ਨਿੰਦਣਾ ਵੀ ਨਹੀਂ ਚਾਹੁੰਦਾ, ਬਟ ਹਰ ਮੈਂ ਕਹਿ ਸਕਦਾ ਹਰ ਸਿਸਟਮ ਆ, ਇੱਥੇ ਨੈਸ਼ਨਲ ਪਾਰਟੀ ਆ, ਉਹ ਇੱਕ ਲੋਕਲ ਚਲੋ ਸਿਸਟਮ ਸੀਗਾ, ਬਟ ਇੱਥੇ ਇੱਕ ਸਿਸਟਮ ਦੇ ਰਾਹੀਂ ਸਾਨੂੰ ਚੱਲਣਾ ਪੈਂਦਾ, ਔਰ ਸਾਨੂੰ ਕੋਈ ਇੱਦਾਂ ਨਹੀਂ ਵੀ ਮੈਂ ਅਸੀਂ ਕੰਮ ਘਟਾ ਤਾ ਕੰਮ ਵਧਾ ਤਾ, ਕੰਮ ਉਸੇ ਸਪੀਡ ਨਾਲ ਹੀ ਚੱਲ ਰਿਹਾ ਹੈ। ਜੇ ਅੱਜ ਅਸੀਂ ਪਹਿਲਾਂ ਵੀ ਲੋਕਾਂ ਦੇ ਮੁੱਦੇ ਚੱਕਦੇ ਸੀ, ਅੱਜ ਵੀ ਉਸੇ ਤਰੀਕੇ ਨਾਲ ਚੱਕਦੇ ਹਾਂ, ਅਤੇ ਉਹਦਾ ਮੋਡ ਜ਼ਰੂਰ ਚੇਂਜ ਹੋ ਸਕਦਾ, ਪਰ ਸੇਵਾ ਦੇ ਵਿੱਚ ਕਮੀ ਨਹੀਂ ਕਦੇ ਹੋ ਸਕਦੀ।
सनी कैंथ होना च भी मैच्योरिटी जी कहते भी हौली हौली बंदे दे उम्र के हिसाब न कुछ चीज़ा ने जड़िया जिंदगी दे तजर्बे ही उन्होंने सिखाते हैं। तो कदे कदे सोचते हो जो कल्ले बैठे होंगे हो कि पुरानी पार्टी के जड़ा जोश है अगर घट हों शायद कुछ गलबात होर होनी सी। वैसे वो पार्टी के मिलिया की तुहानू भी जरा दस दौ भी फायदा नफा की रहा उस पार्टी के पार्टी से सानू 12-13 परचे ही मिले जी उत्थे तां अच्छा। गल ये भी जो आप सेवा करनी है तो कोई ना कोई ये प्रशासन नाल ये काम चलता ही रहता सरकारां नाल लड़ाई लड़नी थोड़े दे परचे होने ही होंगे। सो पार्टी के इमानदारी नाल काम किया पर पार्टी के कुछ लोग ऐसे बैठे से जिहड़े नहीं चाहते सी भी सनी कैंथ उत्थे काम करे या सनी कैंथ तो प्रॉब्लम होनी है भी इमानदारी तो साडी। सो मैनू मैं बाकी तुहानू पहलां दस चुका भी बीजेपी दे विच की साडा क्यों मैं शामिल होया पर जिहड़ी मैं अगे भी तुहानू कहा बैंस साहब दा मेरा सत्कार उदा ही आ तो उदा ही बरकरार रहूगा तो कितने भी मैं हूँ भी मिलते हैं कितने ना कितने मिलते हैं तो उदा ही सत्कार नहीं मिली दा कोई प्रॉब्लम कोई नहीं है पर बीजेपी एक मैं जानन लग गए कि नहीं मिलते तो बहुत लोगों होने रोज़ ਇਹ ਤਾਂ ਹੁਣ ਤੁਸੀਂ ਬੈਂਸ ਨੂੰ ਮਿਲਿਓ ਹੁਣ ਇਹ ਤੋਂ ਮੇਰੇ ਤੋਂ ਬਾਅਦ ਉਹਨਾਂ ਨੂੰ ਪੁੱਛਿਓ ਵੀ ਭਾਈ ਤੁਸੀਂ ਜਾਣਦੇ ਹੋ ਕਿ ਨਹੀਂ ਜਾਣਦੇ ਜ਼ਰੂਰ ਪੁੱਛਾਂਗੇ ਅਸੀਂ ਜ਼ਰੂਰ ਪੁੱਛਾਂਗੇ ਤੇ ਸਨੀ ਜੀ ਜਾਂਦੇ ਜਾਂਦੇ ਕੋਈ ਗੱਲ ਇਦਾਂ ਦੀ ਜਿਹੜੀ ਤੁਹਾਨੂੰ ਲੱਗਦਾ ਕਿ ਤੁਸੀਂ ਜਿਹੜੇ ਆਪਣੇ ਹਲਕੇ ਦੇ ਲੋਕਾਂ ਨਾਲ ਕਰਨੀ ਚਾਹੁੰਦੇ ਹੋ ਅਸੀਂ ਹਮੇਸ਼ਾ ਲੋਕਾਂ ਦੇ ਲਈ ਹਮੇਸ਼ਾ ਪਹਿਲਾਂ ਵੀ ਖੜਦੇ ਆਏ ਹਾਂ ਜਿਵੇਂ ਤੁਸੀਂ ਢਿੱਲੋਂ ਸਾਹਮਣੇ ਕਿਹਾ ਸਪੀਡ ਸਾਡੀ ਕਦੇ ਕੰਮ ਨਹੀਂ ਹੁੰਦੀ ਕੰਮ ਕਰਨ ਦਾ ਤਰੀਕਾ ਬਦਲ ਜਾਂਦਾ ਹੈ क्योंकि एक पार्टी है नैशनल पार्टी है पंजाब दे बहुत बड़ी पार्टी है देश की बहुत बड़ी पार्टी है पार्टी का एक अनुशासन होंदा है उस अनुशासन के हिसाब नाल काम करना पैंदा है और अनुशासन दे विच रह के काम किया जाए तो बहुत वधिया काम हुंदे है मैं समझदा बहुत सारे नफे नुकसान परचे की कोई डर नहीं परचे का चलो ये कोई माइनर दी गल्लां ने बहुत सारे एक्सपीरियंस ठोकरा खा के मिलते हैं बहुत सारे एक्सपीरियंस जिहड़े हुंदे आ उह दगा खा के मिलते हैं। सो असी मैनू भी बहुत सारे इदा एक्सपीरियंस होए पर भारतीय जनता पार्टी के आ के बहुत एक मन में शांति मिली है क्योंकि इतने जोड़ा बंदा काम करता इतने परिवारवाद नहीं है जोड़ा बंदा काम करता उन्होंने तरक्की मिलती है और जोड़ा बंदा लोगों के लिए काम करता तो अज चाह वेचना बंदा देश का प्रधानमंत्री बनया क्योंकि वह लोगों के लिए काम करते। सो इतने हर बंदे वास्ते रस्ता खुला पर बशरता वो लोगों के लिए खड़ा होना चाहिए। सो असी खड़ते हैं लोग साढ़े जुड़ते हैं अगे भी बेनती है लोगों सा जुड़ो थोड़ू आगे पता लगे भी बीजेपी काम कि कर रही है थोड़े कर की रही है। सो किसी भी गलों के आने की बजाय सीधा सा आगे डायरैक्ट जुड़ो ठीक है ठीक है। तो हूँ वो पार्टी बदलन के नाल लोग भी बदल देते हैं कि हूँ लोग उ रेंदे ने पार्टी बदलने तो बाद भी इंसान उही बंदा कामयाब हुंदा जिहदे नाल उहदे बचपन दे साथी ते जिहड़े साथी उहदे नाल हमेशा मोढ़े नाल मोढ़ा ला के खड़े आ जिहड़े लोकां ने मेरे नाल माड़े समें दे विच उह समां हंडाया मेरे नाल उही जिहड़े परचे च मैं उह मेरे नाल हंडाए आ जिहड़े लोग मेरे नाल अज कोर्ट दीआं देहलीआं चढ़दे आ जज दे अगे जज साहब दे अगे खड़दे आ उह लोक कदे जे पिछे हो जाण तां फिर उह लीडर ही कहदा होया। सो मेरे नाल अज वी मेरे पुराने साथी सारे ए टू लैके जैड तक वह मेरे नाल ने और अगे भी मेरे नाल ही रहणगे। सर जी मेरे कहन तो भाव यह सी कि तुसीं कहा ना भी कुछ दगे खाण तो बाद ही जिहड़े ठोकरां खाण तो बाद ही जिहड़ी अकल आउंदी हैगी आ तां मेरे कहन तो भाव कि जिहड़े बंदे ने दगे दित्ते सी पार्टी बदलण दे नाल लोग भी छड्ड दित्ते आ कि नहीं नहीं वो तो छड़ने ही पैंदे जी फिर वो फिर जब तुसीं उहनां नूं नाल रखोगे फिर थोड़ी तरक्की कदां होऊ। एक गीत भी है ना साडी पिठ ते जिन्ने वार होए सब कीते जिगरी यारां ने नहीं जिगरी यार तो सारे नाल है जी जिहड़े कई नवे यार बणदे उह कर जांदे कुछ ठीक है। बहुत बहुत धन्यवाद जी सनी जी सानू समा देन दे लई। तां जी सनी कैंथ जी जिहड़े दिहाती तो यूथ दे प्रधान ने बीजेपी दे लुधियाणा तो और तमाम वो खट्टियां मिठियां गल्लां तुहाडे नाल कीतियां ने और नाल ही उहनां दा पहली पार्टी दे विचों इस पार्टी दे विच आण दा कारण की सी वह भी उन्होंने दस्सिया और नाल ही उन्होंने कहा कि इस टाइम पंजाब की जो सियासत चलती पई है उस दे उपर जिहड़ी है पंजाब सरकार नू सियासत नहीं करनी चाहिए। केंद्र सरकार वल्लों 219 करोड़ रुपए का जिहड़ा रिलीफ पैकेज दिता गया पंजाब सरकार नू परंतु उन्हां दा कहना कि मुख्यमंत्री पंजाब उस नू लैणा नहीं चाहते उस दे उपर राजनीति कर रहे ने। सो नवें अपडेट ना फिर दोबारा तुहानू मिलांगा जी। मैनू दिओ इजाजत कैमरा परसन हरजीत सिंह नाल हरविंदर सिंह ढिल्लों लुधियाणा लाइव।